हाँ जी टेबल ला दीजिए। की कह रहे हो? टेबल ला दीजिए, चैनल पे तू सही आ रहे। माशाल्लाह, वो तू है कौन है? मैं इलेक्ट्रीशियन। इलेक्ट्रीशियन है कौन है? तेरी भैन ना बंदा हूं ला। देखो मेरी गल सुनो, तुसी चैनल चेक कर लो। मैं चाहना वा कि साडे होटल दा सारा निजाम खराब होया। इत्थे हर कमरे दे विच पैसे तुसी लै जांदे सेठ साहब तो, ते ना तुसी कमरे दे टीवी सही कर रहे हो ना कंप्यूटर सही कर रहे हो। सब तुसी चैनल विच सही आ रहे, बिल्कुल सही हो रहा। मैं कह गल ते दस, दो पुछो ए दुनिया ते पहले तू है कि तेरे वालिद साहब? वालिद साहब। ते जदों इक आ गया सी तू पिछे अंब लैण आया सी? बहुत बदतमीज आदमी। ये बड़ी तरक्की की बच्चों ने कहा, आपा जी तुम पहले फैक्ट्री च काम करते थे, हूँ तुम पार्ट टाइम होटलों च भी काम कर दो, सानू कोई कार लै दो। कहते इन पैसे कितों लिया तुम्हें? क्या आपा जी टेंशन ना लो, 120 वाली सेल च लै दो। ਭਾਈ ਜੀ ਮੈਂ ਅੰਦਰ 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 ਚਲਾ ਆਇਓ। ਲੋ ਜੀ ਇਹ ਵੀ ਇਲੈਕਟ੍ਰੀਸ਼ਨ ਦੀ ਸਾਰੇ ਟੀਵੀ ਵੀ ਠੀਕ ਹੋ ਗਏ। ਅਸਲਾਮ ਅਲੈਕਮ ਜਨਾਬ। ਮਾਸ਼ਾਅੱਲਾ ਮਾਸ਼ ਵੀ ਆ ਗਈ। ਕੀ ਹਾਲ ਹੈ? ਹਾਂ ਸ਼ੁਕਰ ਹੈ ਅੱਲਾਹ ਦਾ, ਸਭ ਠੀਕ ਹੈ। ਆ ਕਰਮ ਕਰਮ ਹੋਟਲ ਵਿੱਚ ਕਮਰੇ ਹੈ ਨੇ? ਕਮਰੇ ਬੜੇ ਜਨਾਬ, ਸਾਰਾ ਕੁਝ ਹੈ, ਸਾਰਾ ਕੁਝ ਹੈ। ਆਪਣੀ ਸਿਹਤ ਦੇ ਲਈ ਕਹਿੰਦੀ ਮੱਛਰ ਦੀ ਜੰਮੀ। ਮੇਰੀ ਗੱਲ ਤਾਂ ਸੁਣੋ, ਕੀ ਹੈ ਨੇ ਨਾ ਕਮਰੇ? ਕਮਰੇ ਹੈ ਜੀ, ਗਰਮ ਪਾਣੀ। ਗਰਮ ਪਾਣੀ ठीक है। किन्ने पैसे ने? 45 ਚਾਵਾ ਦੇ ਹਿਸਾਬ ਲਾ ਲਓ ਕੋਈ। ਉਹ ਸਰ ਕਸਟਮਰ ਆ 1700 ਰੁਪਇਆ ਦਾ। 1700 ਰੁਪਇਆ? ਉਹ ਟੈਨਸ਼ਨ ਨਹੀਂ ਲੈਣੀ, 100 ਆ ਗਿਆ ਨਾ, 1600 ਕੋ ਗਾਹ ਕਰ ਲੈਂਦੇ, ਮੈਂ ਤੈਨੂੰ ਦੇ ਦਿਆਂਗਾ। ਨਹੀਂ ਨਹੀਂ ਉਹ ਕਹਿੰਦੇ ਆ ਪੈਸੇ ਲੈ ਕੇ ਆਇਆ, ਲੈ ਕੇ ਆ। ਅਬੇ ਕੀ ਗੱਲ ਨਹੀਂ ਹੋ, ਕੀ ਕੀ ਯਾਰ ਲੈ ਕੇ ਆਸੇ ਕਹਿੰਦੇ ਆ ਪੈਸੇ ਲੈ ਕੇ ਆਇਆ ਜਾਂ ਬੰਦੇ ਨੂੰ ਨਾਲ ਲੈ ਗਿਆ? ਦੇਖੋ ਸਰ ਤੁਸੀਂ ਟੈਨਸ਼ਨ ਨਾ ਲਵੋ, ਮੈਂ ਵੀ ਤੁਹਾਡੇ ਵਰਗਾ ਮਜ਼ਦੂਰ ਆਦਮੀ ਆ। बदमाश रोटी खानी चलने। लड़ाई नहीं हुई, लक्ष्मी चौक लड़ाई हुई है बलवान।
ਪਹਿਲਵਾਨ ਕੱਲਾ ਕੱਲਾ ਪਹਿਲਵਾਨ ਨੇ ਐਂ ਦੀ ਛੁਰੀ ਖਿੱਚੀ ਤੇ ਸਾਰੇ ਬੰਦਿਆਂ ਦੇ ਹੱਥ ਨਿਕਲ ਗਏ ਓ ਕਿਉਂ ਨਾਲਾ ਵੱਟਿਆ ਗਿਆ ਓਏ 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 ਤੈਨੂੰ ਛਿੱਲ ਕੇ ਰੱਖ ਦੇਗਾ ਤੁਸੀਂ ਵੀ ਲਿਆ ਕਰੋ ਤੁਸੀਂ ਆਸ਼ ਆਦਮੀ ਤੁਸੀਂ ਭਗਵਾਨ ਦੀ ਡਿਫੈਂਸ ਲੜਾਈ ਦੇ ਵੇਖੋ ਆਇਆ ਪਾਤਾ ਤੈਨੂੰ किसे बोली मार दे बच्चे हो जी भलवान जी चाह वेख रहे जी सर मैं खालस दुध की चाह पीनी है ओ फिर तुहानू करूं फिर जो की हो गया अच्छा दे चाह जी मैं खालस दुध की चाह पीनी है भलवान जी ड्रेस दियो घर दा हैं ਕੀ ਬਕਵਾਸ ਹੈ ਦੇਖੋ ਸਰ ਉਹ ਭਲਾ ਕੀ ਕਹਿ ਰਹੇ ਨੇ ਇਹ ਗਰੀਬ ਆਦਮੀ ਨੇ ਤੁਸੀਂ ਪਹਿਲਵਾਨ ਆਦਮੀ ਆਇਆ ਆਇਆ ਉਹਨਾਂ ਨੇ ਤੁਹਾਨੂੰ ਇੰਨੀ ਦਿੱਤੀ ਕੀ ਬਾਤ ਹੈ ਇਹ ਗੰਜਾ ਭਲਾ ਕਿਸ ਤਰ੍ਹਾਂ ਹੋਇਆ ਸੀ ਕਿਸ ਤਰ੍ਹਾਂ ਹੋਇਆ ਇਹ ਸਾਲ ਆਪਣੀ ਬੁੱਢੀ ਦੀਆਂ ਕਰੀਮਾਂ ਲਾਉਂਦਾ ਸੀ ਅਬ ਓਏ ਸਾਡੇ ਬੜੇ ਬੜੇ ਦੰਗਲ ਹੋਏ ਨੇ ਇਧਰੋਂ ਮਾਨਾ ਨਿਕਲਿਆ ਇਧਰੋਂ ਮੈਂ ਨਿਕਲਿਆ ਮੈਂ ਫਿਰ ਜ਼ਰਾ ਦੂਰ ਨਿਕਲ ਗਿਆ नालियां तेरा प्यो कटेगा मैनूं पहले पता सी कल्ले बंदे दा काम ही नहीं पहलवान तू डरो पहलवान ते मेरे रोक नहीं ओ किवें कल अपनी बुड्ढी नाल बाजार है जा रहा है जा रहा है ओ कहंदा ओ बंदे आंगो टोल ओने कमीज ला ते मोढे ते रख ले दंगल पै गया तारे सिंह इधरों तारा सिंह निकले इधरों निकले पिछो पता लगे भलवान की भैन निकल गई है सारे इलाके के भलवान तुसी हो भलवान जी असि होर तरह के भलवान भलवान शहजादा आदमी हां खैर हो यकीन ਭਲਵਾਨ ਜੀ ਟੈਨਸ਼ਨ ਨਹੀਂ ਲੈਣੀ ਈਦ ਤੇ ਨਵੀਂ ਪੈਨਸ਼ਨ ਲੈਣੀ ਜਰਾ ਤੂੰ ਖੁੱਲ ਕੇ ਬੋਲ ਲਵੇ ਕਿਉਂ ਮੰਜੀ ਥੱਲੇ ਲੋ ਬਈ जो बच्ची बच्चा पैदा होना मावा सोनिया सोनिया तस्वीर क्यों वेखदी सौखा सवाल है कि बच्चा सोना हो ते तेरी मां खुला इंजन वेखदी नहीं ਪਹਿਲਵਾਨ ਕੱਲਾ ਹੀ ਆਇਆ ਸੀ ਮੈਂ ਜਾ ਰਿਹਾ ਪਿੱਛੋਂ ਆਵਾਜ਼ ਨਾ ਦੇਈ ਬਿੱਲੀ ਦੇ ਬੱਚਿਆ ਸ਼ੁਕਰ ਹੈ ਪਹਿਲਵਾਨ ਵੀ ਨਿਕਲ ਗਿਆ ਹੁਣ ਲੋ ਜੀ ਸਾਡੇ ਹੋਟਲ ਚ ਗਾਹਕ ਵੀ ਆਉਣੇ ਸ਼ੁਰੂ ਹੋ ਗਏ ਨੇ ਕਮਰੇ ਦੇਖ ਲਈਏ ਕਿੰਨੇ ਕੁ ਰਹਿ ਗਏ ਨੇ ਵਾਹ ਜੀ ਵਾਹ ਕਿਆ ਬਾਤ ਹੈ ਸਾਹਮਣੇ ਭਾਜੀ ਵਾਲੇਕੁਮ ਅਸਲਾਮ ਕਿਆ ਠੀਕ ਠਾਕ ਹੋ ਅ ਸ਼ੁਕਰ ਹੈ ਅੱਲਾ ਦਾ ਜੀ ਸਾਲਿਆ ਅੱਗੇ ਆ ਤੇਰੀ ਲੱਤ ਵੱਡੀ ਹੈ ਉਹਦੇ ਪਿੱਛੇ ਕੀ ਕਰ ਰਹੇ ਆ ਉਹ ਸਰ ਦੇਖੋ ਨਾ ਦਫ਼ਤਰ ਦੇ ਵੀ ਕੰਮ ਕਰਨੇ ਹੁੰਦੇ ਨੇ ਤੁਹਾਡੇ ਵਰਗੇ ਜਿਹੜੇ ਕਸਟਮਰ ਆਉਂਦੇ ਨੇ ਉਹਨਾਂ ਨੂੰ ਦੱਸਣਾ ਹੁੰਦਾ ਹੈ ਅੱਛਾ ਅੱਛਾ ਜੀ ਇਹ ਮਾਸ਼ਾਅੱਲਾ ਤੁਹਾਡਾ ਹੋਟਲ ਆ ਜੀ ਹੋਟਲ ਸਾਡਾ ਬੜਾ ਆਲਾ ਭਾਈ ਕਮਰੇ ਕਿਵੇਂ ਆਏ ਦੇ ਕਮਰੇ ਇਸ ਕਿਸਮ ਦੇ ਆਲਾ ਆਲਾ ਕਮਰੇ ਨੇ ਤੁਹਾਨੂੰ ਪਤਾ ਇੱਥੇ ਕਿੰਨੇ ਆ ਕੇ ਰਹਿਣਾ ਵਾ ਕਿੰਨੇ ਰਹਿਣਾ ਪਾਕਿਸਤਾਨੀ ਟੀਮ ਦੇ ਕੋਚ ਆ ਰਹੇ ਅੱਛਾ ਕਪਤਾਨ ਟੀਮ ਦੇ ਉਹਨਾਂ ਨੇ ਆ ਕੇ ਇੱਥੇ ਰਹਿਣਾ ਵਾ ਮੈਨੂੰ ਕਮਰੇ ਦਿਖਾਓ ਅੱਛੇ ਅੱਛੇ VIP ਕਮਰੇ ਹੋਣ ਤੇ ਖੁੱਲਾ ਲੌਂਜ ਤੇ ਖੁੱਲਾ ਟੈਰਸ ਉਹ ਸਾਰਾ ਅੱਲਾ ਦੇ ਹੁਕਮ ਨਾਲ VIP ਕਮਰੇ ਅੱਛਾ ਪ੍ਰੋਟੋਕੋਲ ਪੂਰਾ ਮਿਲੇਗਾ ਸਕਿਉਰਟੀ ਅੱਛੀ ਮਿਲੇਗੀ ਤੁਸੀਂ ਆਪਣੀ ਟੀਮ ਲਿਆਓ ਸੀ ਤੁਹਾਡੀ ਟੀਮ ਦਾ ਇਸਤਕਬਾਲ ਕਰਾਂਗੇ ਬਲਕਿ ਆਪਣੇ ਪਾਕਿਸਤਾਨ ਦੀ ਟੀਮ ਨੂੰ ਕਲੈਪ ਕਰਾਂਗੇ ਲਿਆਓ ਸਹੀ ਮੈਂ ਰੁਪਈਆ ਦੇਣਾ ਤੈਨੂੰ 500 ਅੱਛਾ ਤੇ ਮਰਜ਼ੀ ਮੈਂ ਆਪਣੀ ਕਰਨੀ ਆ ਕੀ ਮਤਲਬ ਹੈ ਵੈਸੇ ਇੱਕ ਗੱਲ ਕੀਤੀ ਆ ਤੇਰੇ ਨਾਲ ਯਾਰ ਤੂੰ ਅੱਗੇ ਮਜ਼ਾਕ ਤੇਰਾ ਮੇਰੇ ਨਾਲ ਮਜ਼ਾਕ ਨਹੀਂ ਬਣਦਾ ਸਰ ਤੁਸੀਂ ਰੀਜ਼ਨੇਬਲ ਆਦਮੀ ਹੋ ਪੜ੍ਹੇ ਲਿਖੇ ਹੋ ਬਿਲਕੁਲ ਤੁਸੀਂ ਬੁਲਾਓ ਆਪਣੇ ਜਿਹੜੇ ਨੂੰ ਬੁਲਾਣਾ ਆਪਣਾ ਤੁਸੀਂ ਜਾਨ ਕਿਹਨੂੰ ਦੇਣੀ ਆ ਅੱਲਾ ਨੂੰ ਅੱਲਾ ਨੂੰ ਹਾਂ ਆ ਜਦੋਂ ਤੁਸੀਂ ਕੁਰਬਾਨੀ ਦੇ ਕੁਰਬਾਨੀ ਕਰਨੀ ਨਾ ਖੱਲ ਮੈਨੂੰ ਦੇਣੀ ਆ ਉਹ ਮਿਲ ਜੇਗੀ ਸਰ ਤੁਹਾਨੂੰ ਊਂਠ ਦਾ ਗੋਸ਼ਤ ਦੇਵਾਂਗੇ ਅੱਛਾ ਵੈਸੇ ਨਾ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਜੀ 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 ਜੀ
ਆ ਜਿਹੜਾ ਕਮਰਾ ਕਿ ਸਾਈਡ ਵਾਲਾ ਵਾ ਇਹ ਲਾ ਇਹ ਜਿਹੜਾ ਬਿਲਕੁਲ ਜੀ ਇਹ ਸਾਫ ਆ ਕਿ ਨਹੀਂ ਬਿਲਕੁਲ ਫਰੈਸ਼ ਮੈਂ ਆਪਣੇ ਬੁਲਾਵਾਂ ਬੁਲਾਓ 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 ਛੱਡੋ ਮੈਡਮ ਜੀ ਮੈਡਮ ਆਈ ਤੁਹਾਡੇ ਨਾਲ ਆ ਗਏ ਮਾਸ਼ਾਅੱਲਾ ਕਲੈਪ ਕਰੋ ਰੋਡ ਪ੍ਰਿੰਸ ਆਈ ਮਾਸ਼ਾਅੱਲਾ ਜਿੱਡਾ ਤੁਹਾਡਾ ਕੱਦ ਲੰਮਾ ਉੱਚਾ ਔਰੇਂਜ ਟ੍ਰੇਨ ਲੱਗਣ ਦਿਓ ਮੈਂ ਫਰੈਂਡ ਸੀਟ ਤੇ ਬਹਿਣਾ ਹੋਵੇ ਤਾਂ ਕਿੰਨੇ ਪੈਸੇ ਇੱਧਰ ਆ ਕੀ ਤੇਰੇ ਮੈਂ ਭੈਸਪੇ ਦੀ ਗੱਦੀ ਤੇ ਬਿਠਾਵਾਂ ਅੰਨੀ ਦੇ ਆ ਮਾਸ਼ਾਅੱਲਾ ਕੀ ਬਾਤ ਹੈ ਜ਼ਰਾ ਘੁੰਮ ਕੇ ਦਿਖਾ ਨਾ ਬੱਚਾ ਪਲੀਜ਼ ਕੌਣ ਹੋ ਤੁਸੀਂ ਮੈਂ ਮੈਨੇਜਰ ਹਾਂ ਤੁਸੀਂ ਮੈਨੇਜਰ ਹੋ ਜੀ ਜੀ ਓਹੋ ਜਾ ਬ੍ਰਹਮੂ ਤੋ ਜਾ ਕੇ ਮੈਨੇਜਰ ਨੂੰ ਬੁਲਾ ਸਰ ਮੈਂ ਓਏ ਮੈਂ ਕੀ ਮੈਨੇਜਰ ਨੂੰ ਬੁਲਾ ਮਾਸ਼ਾਅੱਲਾ ਇਹੋ ਜੀ ਕੁੜੀ ਦਾ ਅੱਖੀਆਂ ਨੂੰ ਚੈਨ ਨਾ ਆਵੇ ਇਹ ਸਜਣਾ ਕਰ ਆ ਜਾ ਜੀ ਸਰ ਮੈਂ ਸਾਰਾ 200 ਦਾ ਡੋਲ ਦੇਣਾ ਇੱਥੇ ਇਹ ਕੌਣ ਹੈ ਇਹ ਸੀਨੀਅਰ ਇਹ ਕੌਣ ਹੈ ਇਹ ਮੈਂ ਕਪਤਾਨ ਹੈ ਟੀਮ ਦੇ ਇਹ ਕੌਣ ਹੈ ਟੀਮ ਦੇ ਕਪਤਾਨ ਕ੍ਰਿਕਟ ਟੀਮ ਦੇ ਕਪਤਾਨ ਅੱਛਾ ਕ੍ਰਿਕਟ ਟੀਮ ਦੇ ਕਪਤਾਨ ਨੇ ਜੀ ਅਦਰ ਘੁੰਮ ਨਹੀਂ ਸਹੀ ਦੱਸੋ ਹਾਂਜੀ ਕਮਾਲ ਕਿਹੜੀ ਟੀਮ ਦੇ ਕਪਤਾਨ ਹੋ ਉਹ ਭਾਜੀ ਮੇਰੀ ਗੱਲ ਸੁਣੋ ਸਾਰੀਆਂ ਟੀਮਾਂ ਦੇ ਕਪਤਾਨ ਹਾਕੀ ਦੇ ਵੀ ਕਪਤਾਨ ਆ ਜਰਾ ਘੁੰਮ ਕੇ ਦਿਖਾਓ ਵਾਕਿਆ ਵੀ ਕਪਤਾਨ ਹੈ ਜਰਾ ਥੋੜਾ ਜਿਹਾ ਹੋਰ ਘੁੰਮਣਾ ਘੁੰਮੋ ਅੱਛਾ ਵੀ ਜਿਹਨੂੰ ਜਿਹਨੂੰ ਆਰਾਮ ਆਈ ਜਾਂਦਾ ਨਿਕਲਦੇ ਜਾਓ ਚੱਲ ਕੇ ਦਿਖਾਓ ਓਏ ਹੋਏ ਟੁਰਦੀ ਪਿੱਛੋਂ ਇੰਝ ਲੱਗਦਾ ਦੋ ਬੰਦੇ ਆਪਸ ਚੁਗਲੀਆਂ ਕਰ ਰਹੇ ਹੈਲੋ ਜੇ ਤੁਹਾਡੀ ਇਜਾਜ਼ਤ ਹੋਵੇ ਵਿੱਚ ਇੱਕ ਬੰਦਾ ਹੋਰ ਦੇ ਕੇ ਸੁਲਾਹ ਕਰਾ ਦਈਏ ਮੈਂ ਕਿਹਾ ਮੈਡਮ ਅਗਰਾ ਪਲੀਜ਼ ਘੁੰਮ ਕੇ ਦਿਖਾਣਾ ਓਕੇ ਘੁੰਮ ਕੇ ਦਿਖਾਓ ਡੋਨਸ ਮਿੰਟੋ ਮੇ ਠੰਡਾ ਕਰੇ ਘੁੰਮ ਕੇ ਦਿਖਾ ਤੂੰ ਘੁੰਮ ਕੇ ਦਿਖਾਈ ਖੁਸਰਾ ਸਾਰੀ ਰਾਤ ਖਜਲ ਕਰ ਆ ਬਿਲਕੁਲ ਇਹ ਦੇਖੋ ਹਸਣਾ ਮੇਰਾ ਆਹਾ ਤੁਸੀਂ ਹਸਣਾ ਤੇਰੀ ਭੈਣ ਨਿਕਲ ਗਈ ਤੁਸੀਂ ਹਸਣਾ ਮੈਂ ਨਹੀਂ ਹਸਣਾ ਸਾਡੇ ਘਰ ਫੋਤ ਕੀ ਹੋਈ ਇਹ ਮਾਸ਼ਾਅੱਲਾ ਜੀ ਉਹ ਇਹ ਕੌਣ ਹੈ ਤੂੰ ਜੀ ਕੌਣ ਹੈ ਤੂੰ ਮੈਨੇਜਰ ਹੂੰ ਕਮਰੇ ਚੜ ਗਏ ਨੇ ਦੋ ਕਮਰੇ ਮੇਰੇ ਬੁੱਕ ਕਰ ਲਓ ਹਾਂਜੀ ਦੋ ਕਮਰੇ ਮੇਰੇ ਬੁੱਕ ਕਰ ਲਓ 31 ਦੇ ਗੱਡਰ ਚ ਰਹਿਣਾ ਜੀ ਆਪਕੋ ਕਮਰਾ ਚਾਹੀਏ ਨੋ ਪ੍ਰੋਬਲਮ ਆਪ ਹਮਾਰੇ ਕਸਟਮਰ ਹੈ ਤੋ ਵੈਕਸੀਨ ਲਵਾਈ ਤੁਸੀਂ ਹਾਂਜੀ ਤੁਸੀਂ ਲਵਾਈ ਹਾਂਜੀ ਸਾਂ ਲਵਾਈ ਮੈਂ ਤਾਂ ਜਦੋਂ ਦੀ ਵੈਕਸੀਨ ਲਵਾਈ ਮੇਰੀ ਬੁੱਢੀ ਰੋਜ਼ ਕਹਿੰਦੀ ਤੁਸੀਂ ਅੱਜ ਕੁਝ ਖਾਧਾ ਹੈ ਧੂੜੇ ਪੂਟ ਰਹਾ ਹੂੰ ਅੱਛਾ ਨਾਮ ਕੀ ਹੈ ਬਿਜਲੀ ਹਾਂਜੀ ਬਿਜਲੀ ਅੱਛਾ ਸੱਚੀ ਬੁੱਝੀ ਬਿਜਲੀ ਹਾਂ ਇੱਕ ਪਾਰ ਵਾਲਾ ਪੱਖਾ ਚਲਾ ਲੋਗੇ ਉਹ ਹਲਕੀ ਜੀ ਠੰਡ ਆ ਗਈ ਨਾ ਮੈਂ ਲਾ ਕੇ ਥੱਲੇ ਲਾਤੇ ਨੇ ਭਾਈ ਮੈਨੇਜਰ ਆਪਕਾ ਨਾਮ ਬਿਜਲੀ ਹੈ ਆਪਕਾ ਨਾਮ ਬਿਜਲੀ ਹਾਂਜੀ ਤੋ ਆਪਕੇ ਪਾਪਾ ਕਾ ਨਾਮ ਖੰਬਾ ਹੈ ਖੰਬਾ ਇਹ ਰਾਤੀ ਚਾਰ ਬੰਦੇ ਤੇਰੇ ਅੱਬੇ ਤੇ ਚੜੇ ਸਨ ਤੁਹਾਡੀ ਅੰਮੀ ਨੂੰ ਰਾਤ ਨੂੰ ਕੁਛ ਛਿਲ ਕੇ ਤੇ ਕਿਤੇ ਹੋਰ ਦੇ ਰਿਹਾ ਸੀ ਸ਼ਾਦੀ ਹੋਈ ਆਪਕੀ ਉਦੋਂ ਕਰਾਏਗੀ ਜਦੋਂ ਮੁੱਛਾਂ ਨਿਕਲ ਆਉਣਗੀਆਂ ਬਲਕਿ ਮੁੱਛਾਂ ਰੱਖ ਕੇ ਚਿੰਗ ਚੀ ਚਲਾ ਤਿੰਨ ਸਵਾਰੀਆਂ ਅੱਗੇ ਤਿੰਨ ਪਿੱਛੇ ਸਤਵੀਂ ਤੋਂ ਬਚਣਾ ਕਿਉਂਕਿ ਡਰਾਈਵਰ ਟੈਂਕੀ ਤੇ ਐਡਾ ਟੱਕਣ ਹੁੰਦਾ
मम्मी चलाया ना केड़ा चिंग जी भला ए चिंग जी हेलो अच्छा जी तो तुहानू कमरा चाहिए ते आपस तुहाडा की रिश्ता है कप्तान सिक्योरिटी स्टाफ का मैनेजर फड़ी जरा जी जी नखत्ती दियो पहले दसो कि कमरा चाहिए या जगह लभ रहे हो देखे ये जो हमारे अबू का की नाम तुसी ना मेरी गल नहीं सुन रहे अबू का की नाम गुलाम अहमद सर ओनू पता तू ओदा पुत्र है पठान वड़े ने बकवास ना कर यार रात तक खाली हो गया अच्छा ते कमरा तुसी 17 नंबर ले लो टेंशन नहीं लेनी सिर्फ ओदी छत नहीं है ठीक है वो छत नहीं है तो चादर की उधर ले आंदी नाल क्योंकि बेड भी नहीं है ਸਾਡੇ ਕੋਲ ਕਮਰੇ ਹਰ ਤਰ੍ਹਾਂ ਤੁਹਾਨੂੰ ਕਿਹੜਾ ਚਾਹੀਦਾ ਸਾਨੂੰ 4 ਕਮਰੇ ਚਾਹੀਦੇ ਨੇ ਮੇਰੀ ਟੀਮ ਅੱਛਾ ਟੀਮ ਆ ਰਹੀ ਏ ਹਾਂਜੀ ਠੀਕ ਏ ਤੁਹਾਡੀ ਟੀਮ ਆ ਰਹੀ ਏ ਹਾਂਜੀ ਤੋ ਕੋਈ ਗੱਲ ਨਹੀਂ ਇਹਨਾਂ ਨੂੰ 17 ਨੰਬਰ ਕਮਰਾ ਦਿਖਾ ਜੀ ਤੇ ਉਸ ਤੋਂ ਬਾਅਦ ਇਹਨਾਂ ਦੇ 3 ਨੰਬਰ ਕਮਰੇ ਬੁੱਕ ਕਰ ਦਿੱਤੇ ਓਕੇ ਸਰ ਚਲੋ ਮੈਡਮ ਪਲੀਜ਼ 17 ਜੀ 21 ਜੀ 23 ਜੀ 25 4 ਕਮਰੇ ਇਹਨਾਂ ਨੂੰ ਦੇ 4 ਕਮਰੇ ਤੇ ਪੈਸਿਆਂ ਦਾ ਕੀ ਹਿਸਾਬ ਕਿਤਾਬ ਹੈ ਮੈਂ ਬਸ ਟੀਮ ਆਉਂਦੀ ਦੇ ਰਹੀ ਮੈਂ ਤੁਹਾਨੂੰ ਪੈਸੇ ਦੇ ਦੇਣੀ ਹਾਂਜੀ ਕਿਹੜੀ ਟੀਮ ਮੇਰੀ ਟੀਮ ਕਿਹੜੀ ਸਰ ਮੇਰੀ ਹਾਕੀ ਟੀਮ ਆ ਰਹੀ ਤੁਸੀਂ ਅੱਗੇ ਹੋ ਕਿਹੜੀ ਟੀਮ ਹੈ ਹਾਕੀ ਟੀਮ ਘੁੰਮਦਰਾ ਓਕੇ ਇਹ ਗੋਲ ਨਾਲ ਹੀ ਲਈ ਫਿਰਦੀ ਉਹ ਦਿਖਾ ਇਹਨਾਂ ਨੂੰ ਕਮਰਾ ਭਾਈ ਮੈਨੇਜਰ ਆ ਦੇਤਾ ਬੜੇ ਕੋ ਬਦਤਮੀਜ਼ ਹੈ ਆਏ ਅੰਦਰ ਕੋ ਆਈਡੀ ਕਾਰਡ ਕਿਸ ਕੇ ਪਾਸ ਹੈ ਮੈਂ ਲਿਖ ਮੈਂ ਆਈਡੀ ਕਾਰਡ ਤਾਂ ਦਿਓ ਕਿਸ਼ਵਰ ਆ ਚਲੋ ਫਿਰ ਤੇਰਾ ਮੈਂ ਖੱਤੀ ਦੇ ਤੂੰ ਸਾਡੇ ਸਿਰਫ ਗੰਦੇ ਕੱਪੜੇ ਧੋਣੇ ਇੱਧਰ ਚੱਲ ਇਹ ਸਰ ਚਾਹ ਪੀਣਗੇ ਹੈ ਚਾਹ ਇੱਕ ਲਿਆ फिर मैं किसी और दी सीडी देखी होएगी क्या गल सुना लेट हो गए ਤੁਹਾਡੀ ਵਜ੍ਹਾ ਤੋਂ ਮੈਨੂੰ ਵੀ ਕੱਢ ਦੇਣਾ ਉਹਨਾਂ ਨੇ ਤੁਹਾਨੂੰ ਪਤਾ ਮੈਂ ਇੱਕ ਸ਼ਾਦੀ ਤੇ ਗਈ ਸੀ ਅੱਛਾ ਸ਼ਾਦੀ ਤੇ ਗਏ ਸੋ ਸ਼ਾਦੀ ਤੋਂ ਸਿੱਧੀ ਇਧਰ ਆ ਰਹੀ ਸੀ ਟ੍ਰੈਫਿਕ 'ਚ ਫਸ ਗਈ ਸ਼ੁਕਰ ਕਰੋ ਤੁਸੀਂ ਕਿਸਮਤ ਵਾਲੇ ਸ਼ਾਦੀ ਤੇ ਗਏ ਹੋ ਹਾਂ ਆ ਮੇਰੀ ਜਿੱਦਣ ਸ਼ਾਦੀ ਹੋਈ ਉਦੋਂ ਹੀ ਤਲਾਕ ਹੋ ਗਈ ਸੀ ਕਿਉਂ ਉਹ ਵਿਆਹ ਵਾਲੇ ਦਿਨ ਵੋਟੀ ਦੇ ਨਾਲ ਨਹੀਂ ਇੱਕ ਬੁੱਢੀ ਆਉਂਦੀ ਹਾਂ ਮੈਂ ਸੋਚਿਆ ਮੇਰੇ ਵਾਲੀ ਨੇ ਤਾਂ ਇੱਥੇ ਹੀ ਰਹਿਣਾ ਹਾਂ ਪਹਿਲੇ ਮੈਂ ਖਾਲਾ ਜੀ ਨੂੰ ਨਾ ਘਰ ਛੱਡਾਵਾਂ ਉਹ ਫਿਰ ਇਸ ਵਜ੍ਹਾ ਤੋਂ ਖਰਾਬ ਹੋ ਗਈ ਤੇ ਲੇਟ ਸ਼ਾਦੀ ਦੀ ਵਜ੍ਹਾ ਤੋਂ ਹੋਏ ਸੋ ਟ੍ਰੈਫਿਕ ਦੀ ਵਜ੍ਹਾ ਤੋਂ ਅੱਛਾ ਟ੍ਰੈਫਿਕ ਦੀ ਵਜ੍ਹਾ ਤੋਂ ਹਾਂ ਸੌਰੀ ਨਾ ਅੱਛਾ ਤੈਨੂੰ ਮੈਂ ਪਿਆਰ ਨਹੀਂ ਕਰਤਾ ਆਪਸੇ ਤੈਨੂੰ ਪਤਾ ਹੈ ਨਾ ਆਪ ਬੇਵਫਾ ਹੋ ਮੈਂ ਕਿਸ ਤਰ੍ਹਾਂ ਤੁਹਾਡੇ ਨਾਲ ਖੁਸਰੇ ਠੀਕ ਨੇ ਸਾਰੀ ਰਾਤ ਲੱਤਾਂ ਘੁੱਟਦੇ ਤੇ ਨਾਲੇ ਸੌਰੀ ਕਰੋ ਸੌਰੀ ਜਾਨੋ ਅੱਜ ਤੋਂ ਬਾਅਦ ਲੇਟ ਨਹੀਂ ਹੋਣਾ ਮੈਂ ਤੁਹਾਡਾ ਪਿਆਰ ਕਰਨਾ ਇਸ ਵਜ੍ਹਾ ਤੋਂ ਤੇ ਨੌਕਰੀ ਕਰ ਰਹੇ ਹਾਂ ਤੁਹਾਨੂੰ ਵੀ ਪਤਾ ਹੈ ਨਾ ਕਿ ਮੈਂ ਤੁਹਾਡੇ ਨਾਲ ਪਿਆਰ ਕਰਨੀ ਹੈ ਇਸੇ ਵਾਸਤੇ ਇੱਥੇ ਨੌਕਰੀ ਕਰਨੀ ਹੈ ਪਰ ਮੈਂ ਨਾਰਾਜ਼ ਹਾਂ ਇੱਕ ਗੱਲ ਤੋਂ ਕਿਉਂ ਨਾਰਾਜ਼ ਹੋ ਤੁਸੀਂ ਮੇਰੇ ਘਰ ਰਿਸ਼ਤਾ ਨਹੀਂ ਲੈ ਕੇ ਆ ਰਹੇ ਮੇਰਾ ਬਾਈ ਕੋਈ ਨਹੀਂ ਤਾਂ ਮੈਂ ਰਿਸ਼ਤਾ ਕਿਹਦੇ ਨਾਲ ਲੈ ਕੇ ਆਉਂ ਤੇ ਆਪ ਵੀ ਆ ਸਕਦੇ ਹੋ ਨਾ ਹਰ ਵਾਰੀ ਮੈਨੂੰ ਹਰ ਮਹੀਨੇ ਕਹਿੰਦੇ ਜੇ ਕਿ ਇਸ ਵਾਰੀ ਤਨਖਾਹ ਮਿਲੇਗੀ ਤੇ ਮੈਂ ਆਵਾਂਗਾ ਇਸ ਵਾਰੀ ਤਨਖਾਹ ਮਿਲੇਗੀ ਤੇ ਆਵਾਂਗਾ ਮੈਂ ਇਸ ਦਫਾ ਜ਼ਰੂਰ ਆਵਾਂਗਾ ਅਸਲ 'ਚ ਮਾਲਕ ਤਨਖਾਹ ਨਹੀਂ ਦੇ ਰਹੇ ਅੰਨੀ ਦੇ ਨੇ ਮਹੀਨਾ 40 ਦਿਨਾਂ ਦਾ ਕਰਤਾ ਹੈ ਮੇਰੀ ਗੱਲ ਸੁਣ ਜੀ ਐਂਜੀ ਰਿਆ ਨਾ ਤੈਨੂੰ ਪਤਾ ਹੈ ਮੈਨੂੰ ਕਿੱਥੋਂ ਰਿਸ਼ਤੇ ਆਏ ਨੇ ਕਿੱਥੋਂ ਆਏ ਨੇ ਮੈਨੂੰ ਪਹਿਲਾ ਰਿਸ਼ਤਾ ਆਇਆ ਮੀਆਂ ਵਾਲੀ ਤੋਂ ਹੈ ਮੀਆਂ ਵਾਲੀ ਤੋਂ ਐਡਾ ਐਡਾ ਉਹਨਾਂ ਦਾ ਹੱਥ ਹੈ ਇੱਕ ਵਾਰੀ ਦੁਆ ਕਰਦੇ ਨੇ 9 ਵਾਰੀ ਕਬੂਲ ਹੁੰਦੀ ਏ ਕੱਲਾ ਉੱਥੋਂ ਨਹੀਂ ਰਿਸ਼ਤਾ ਆਇਆ ਹੋਰ ਵੀ ਬੜੀ ਜਗ੍ਹਾ ਤੋਂ ਆਇਆ ਹੋਰ ਕਹਾਂ ਸੇ ਆਇਆ ਹੋਰ ਮੇਰਾ ਰਿਸ਼ਤਾ ਆਇਆ ਰੰਗਿਆਰ ਖਾਨ ਤੋਂ ਉੱਥੇ ਕੀ ਏ ਉਹ ਰਿਸ਼ਤਾ ਆਇਆ ਉੱਥੋਂ ਛੱਡ ਸੋਣੀਏ ਮੈਂ ਤੇਰੇ ਨਾਲ ਵਿਆਹ ਕਰਨਾ ਡਾਂਸ ਆਤਾ ਆਪ ਕੋ ਡਾਂਸ ਆਉਣਾ ਚਾਹੀਦਾ ਕੱਲ ਤੇਰਾ ਵਿਆਹ ਹੋਣਾ ਤੇਰਾ ਸਾਰਾ ਤਮਾਸ਼ਾ ਵੀ ਨਿਕਲਿਆ ਤੈਨੂੰ ਪਤਾ ਮੈਨੂੰ ਪਿਸ਼ਾਵਰ ਤੋਂ ਵੀ ਰਿਸ਼ਤਾ ਆਇਆ ਸੀ ਤੇ ਤੈਨੂੰ ਔਲਾਦ ਨਹੀਂ ਚਾਹੀਦੀ ਕਹਿਣ ਦਾ ਮਤਲਬ ਹੈ ਕਿ ਉਹ ਭੈਣਾ ਭਰਾਵਾਂ ਵਾਂਗੂ ਦੋਸਤਾਂ ਉੱਥੇ ਨਹੀਂ ਕਰਨਾ ਤੇ ਅੱਜ ਵਾਲ ਕਿੱਲੇ ਨੇ ਉਹ ਮੈਂ ਨਾ ਕੇ ਆਈ ਸੀ ਲਾਲੀ ਦਿਹਾੜੀ ਇੱਧਰ ਖੜੇ ਹੋ ਜਾਓ ਡਿਊਟੀ ਪੇ ਮਾਲਕ ਆਏਗਾ ਕੱਢ ਦੇਗਾ ਦੱਸਣਾ ਨਹੀਂ ਮੈਂ ਲੇਟ ਹੋਈ ਸਾਂ
मैं नहीं बताऊंगा जानू, आप बेफिक्र हो जाओ। तेन जानू कह रहे हैं वो पुलिस बकवास है बच्चे। भाभी जी करीम लाता सी तेन है कौन है? वो जो यादगार वाली टिकटॉकर नहीं होता अब अपनी पहली बुढ़ी ना मोटरसाइकिल जा रहे पिछे बंदा कहता खाला कमीज चुक वो कहती ना भरावा मेरा बंदा ना ले ਤੁਸੀਂ ਸਾਰੇ ਉਹਨਾਂ ਨੂੰ ਲਿਓ ਸਿਰਫ ਅਸੀਂ ਭੈਣ ਨੇ ਇੱਥੇ ਨੱਚਣਾ। ਬਾਬਾ ਜੀ ਬਾਤ ਤਾਂ ਤੇਰੀ ਨੇ ਵੀ ਨੱਚਣਾ। ਅੱਲਾ ਮਾਫ ਕਰੇ ਸਾਡੀਆਂ ਨਹੀਂ ਇੱਥੇ ਨੱਚਦੀਆਂ ਫੈਸਲਾਬਾਦ। ਯਾ ਬਕਵਾਸ ਕਰ ਰਿਹਾ ਕੋ ਆਹਾ ਕੀ ਹਾਲ ਹੈ क्या बात है जनती आदमी है। हाँ जी मैं कहना सीधा जन्नत ते जाएगा भाई जमन लगे मां नु तकलीफ नहीं दी आला ओदा ध्यान परा होया अप्रोच करके बाहर आ गया साला। हाय ए तैनू पसंद है? आहो एदे नाल दा एक होर भी है। ओ छोटा भरा है ओ किथे रे जेड़ा एदे नाल दा बड़े अच्छे ने। अच्छा जी सीनियर ने बड़ी इज्जत दिते ने। चलो एहोजे मुंडे दी भैण दा विआह ही नहीं हुंदा। तैनूं क्या सारिया दफ्तर च मुंडे मंगदे अस्सलाम वालेकुम भाई जान मैं कोई मांगने वाला नहीं एक सीमेंट की रेहड़ी एक बजरी की रेहड़ी ले दे। कहिंदा करनी की कहिंदा जवान भैन टप टप के बाहर जांदी चार दी बारी करवानी है। अच्छा जी भाजी मेरी बीवी है ये अच्छी मेरी बीवी आ गई देखो 360 साड़ी स्वागत आते हां छेती छेती कर लो करने कर ले नहीं आवे कमरा दियो यार सानू। आहो सच्चे नु कहो के मुंह ना गल करे भांडे हलाई जांदी ले पता देखो ना भाई तुम सा। अच्छा कितने पैसे कमरे दे? कमरे के आपको कैसा रूम चाहिए? सानू चाहिए जो बजदी आवाज ना आवे। ओहो स्वीट रूम चाहिए। जा जा ना होवे स्वीट रूम चाहिए। हां जिन्नी अग लगी है ना इन्हां नूं एसी रूम दे साडे गर्मियां च कांटे लमक जांदे बड़ा सोहना हुंदा सी गोरा चिट्टा एडी मोटी अख फिर पठान लै गए अग ला गया सारे
बदमाशी करता ते हाथ नहीं धोंदा। बच्ची ने पीती हौली हौली बोल रही कमरा दे जनू आप इनका अपनी अम्मी की टेंड करती मैं क्या की कहना गजनी पहली रात चोरी की फड़िया गया अन्नी का पीपनी वाली जुत्ती पा गया पी पी बदमाश नी है सिर्फ साडियां नालियां कटदा चलो भाजी ए अच्छा जी स्विमिंग पूल बना हुआ है ठीक है बेड है कमरा दिखा मेरी तलाशी ले लो ए चीख खाली कमरे वाली है ही नहीं और मैं जाना है आज तो बात सानू आवाज देने तो पहले सोच लेना आपको रूम बहुत अच्छा लगेगा आपको बहुत अच्छा बह के एक्सरा करा लिया डॉक्टर कहता वो इड्डा सुराग तेरे दिल का कहता नहीं मेरी बशूक बेवफा सी मेरे दिल चों गुलां फेरदी सी अच्छा जी ये छोड़ो ना गलन में कमरा का की नंबर है दो नंबर जी ओके एडवांस में आके देना देखा रात को शादी पे जाना था नहीं गए क्यों केड़े नक ना जाए अच्छा दूध का ग्लास ठीक है दूध का ग्लास एक जी नाल छुआरे नाल अपना पिज्जा वो मेरे कमरे में पहुंचा दे नहीं फ्रूट्स भी पिज्जा ओके ओके छुआरे क्यों मांग रहे हो पाजी छुआरे यार सगन होते ने शादी है साडी सुहाग रात है अच्छा आज आपकी शादी हुई है इसके पैसे एक्स्ट्रा आपको पे करने पड़ेंगे कोई गल नहीं जानू पैसे देन के उन्हें पैसे जी ओए औरत कौन बैठी है वो तो मेरी अम्मी है उन्हें कपड़े दे कोआ सा लिया ऐसा बगैरत है व्हाट इज दिस पता नहीं जानू अब लिखो किन्ने ने कमरे चढ़ गए ने मेरे होंदे तो पांच चढ़ गए ने हां तो ठीक है एक रहना मैं तो कहना असी ले लिए शट अप असी नहीं रहना कस्टमर को आने दो पहले रूम चेक करते हैं चलो ठीक है हिसाब करो आज कितने पैसे बने ने हां ठीक है 1,00,000 इनका हो गया और देखो कितने पैसे बने ने हेलो काफी रूम रेलवे स्टेशन ए पाजी नॉन स्टॉप कितने बजे जाने अच्छा 3:30 बजे हड़प्पा 5 बजे नहीं नहीं जाना नहीं मैं सिर्फ लाइना ही पार करनी है वो अगो गोला कट रहे माइंड ना करो नेवर माइंड एक मिनट ठहर जाओ मैं फिर कर लेना हेलो गला बुशरा हीरा मंडी ए अपनी बेटी ना गल करो चलो कोई यार करो अपना काम करो अस्सलाम वालेकुम लो जी जितों तक मेनू यकीन है ना ए बंदा ही ते ए बुड्ढी है ओए ए तेनु नहीं यकीन ते इनु नाल दे के देखदा मेनू जी तो आप अपना तारुफ करवाए भैया ने मेरी बेगम ना तुसी इधर आके मेरा नाम पता ए तेरा जा रहा है मेरी बेगम ना ए तेनु बहुती है जवानी सारी
डॉक्टर को कह टीका लगा, डॉक्टर ने थोड़ी जी सुई अंदर वाड़ी, टीका पिछे खिंचे टीके दे वेचे। ओ तेनू टीका लगा ही, मैं तुहाडे घर दे वेचे था। असि सारी फैमिली माशाल्लाह स्मार्ट है, बुढ़ी जरा मेरी मोटी आ, मैं आप की थी मोटी। साडी फैमिली च सब तो ज्यादा जेड़ा बंदा वड्डा वड्डा स्टैंड मोटरसाइकिल ला ले ना, उन्नू असि टार्जन कहने। तेरी बीवी चोर लगती, असि नहीं कमरा देना। इन्ने पैसे किधे कटे तू? इन्ने पैसे किधे कटे ही? यार मेरे सारे जेबा दो ही फुल ने। चलू ये बहुत अच्छा लड़का है, बंदे भला कितने पैदा होते, या मियां वाली या भाई वाली। जे जगह ना लगे फिर इन्हां रहो जी का जी नाम ना लिखो जी दिलावर। दिलावर ए दिलावर दाल नाल हुंदा? आहो दाल नाल। ठीक है जी दाल दिलावर। थोड़ी जी होर पा दो बंदे हैं। दिलावर पा। दिलावर पाता। एक नान लाया उत्ते होर पा थोड़ी जी। थोड़ा सा राइस भी डाल। दिलावर पाता। ते तड़ी बीवी दा किना? दिलावर नहीं। जान। ए दिलावर नहीं मीम नाल हुंदा जी? नहीं तेरी भैन शमीन नाल हुंदा जी। अजे मेरे भाई आए ने जापान तो। अपना बंदा शेखूपुरे लाल पंप लाउंदा ओने काम छड़ता सी राती इन्हां दी बोकी पाड़ गई सी। अच्छा तू शादी अज कीती है? जी जी। ते देख सोच के पहले सोच समझ के शादी करी दी है? पहले भी किसी नाल इत्थे आई है? शट अप। आज ही आई है होटल च। अपने अबू नाल आई है जी? आपकी लव मैरिज है? जी लव मैरिज है। गुड। आपकी मिसेस लुकिंग सो ब्यूटीफुल। ओ यू आर थैंक यू टू टू यू। जानो से तुम कमरा देना है यार। ते तुसी क्यों बोल रहे हो? जिन्नी आंदी उन्नी बोलनी चाहिए। इतने केड़ा पढ़िया लिखा जेड़ा बंदा जबानो आया वो भी नहीं पढ़िया, वो भी टांगे वाले कही जाता। ओ दो बंबा वाले यार रुकी हुए सर। 211 नंबर कमरा। हाँ, चलो कमरा दो, स्वीट रूम दो, इसमें स्विमिंग पूल हो। ओ तेरा पला करे इनू पता लग गया ते घंटे बाद नहाना पैना। कुड़ी पढ़ी लिखी पाजी तनु 211 नंबर कमरा दिता है, मिलके अद्धा अद्धा किराया देना। ओदे च पहले एक हबशी रह रहे है। अल्लाह फिर रहन दे ओही चली, ओने छड़नी नहीं है। जेड़ा है ये हबशी जानू ये बहुत अच्छा, मैं इसको जानता हूं। हां जानते हो, इनको थोड़ा डिस्काउंट भी दे देना। एदा बस साइकिल तो डिग गया, एदी अम्मी चौके ले गई। लेखो ने चौके ले गई। एदी अम्मी ने किन्नू रखया? तेरी भैन ने मेनू रखया। नहीं मुंडा दो पठान एक कल्ला। लिखी जा ना कल्ला। मैं इसको जानता हूँ। लिख रही थी ना मैं। लारी ये मंगन दिया सी। ये उसे देन दिया सी। नहीं नहीं चलो वो कमरा। जानू बदतमीज है क्या? क्या बदतमीज किया? नहीं नहीं वो कमरा। कली खांदी है खुल के खान। ठीक है ये साबुन है हमारा होटल है। जेवर पूरा पाया लाकड़ पाया गानी पाई नाल नानी पाई बारह चूड़ियां पाइया। हार मेनू एडा चाहिदा सी वैसे। एडा फिर थले होना उतो नहीं हो पैना। इस काम लई मैं अबू दा भी ठोर जाना। नहीं ते इदे को हार मांग रहे हो।
ਕੋਕਾ ਨੀ ਨਿਕਲਣਾ ਕਿਉਂਕਿ ਇਹਨੇ ਜਮਾਇਆ ਮੈਨੂੰ। ਓ ਯਾਰ ਤੁਸੀਂ 211 ਨੰਬਰ ਚ ਆਪਕੇ ਕਮਰੇ ਮੇ ਹਰ ਚੀਜ਼ ਵੀਆਈਪੀ ਹੈ। ਜਬ ਜ਼ਰੂਰਤ ਪੜੇਗੀ ਨਾ ਆਪ ਕਾਲ ਕਰ ਦੀਜੀਏ। ਆਪ ਵੀ ਨਹੀਂ ਕਾਲ ਨਹੀਂ ਮੈਂ ਤੁਸੀਂ ਆਪ ਆਣਾ ਸੀ ਨਾ ਤੁਹਾਨੂੰ ਡਰੈਕਟ ਚੁੱਕ ਕੇ ਲੈ ਜਾਣਾ। ਆਪ ਬਤਾਏਗਾ ਹਮ ਆਪਕੀ ਹਰ ਮੁਸ਼ਕਿਲ ਕਾ ਹੱਲ ਨਿਕਾਲੇਗੇ। ਇਹ ਮਿੰਟ ਬਾਅਦ ਲੈ ਨਹੀਂ ਪਾਸਾ ਮੇਰੀ ਨਾੜ ਤੇ ਨਾੜ ਚੜ ਜਾਂਦੀ ਕਮਜ਼ੋਰ ਹੈ ਬੜਾ ਬੰਦਾ। ਮੈਂ ਕਹਿ ਲਿਆ ਕੁਝ ਖਾਇਆ ਪੀਆ ਤੇ ਖਾਂਦਾ ਹੀ ਨਹੀਂ। ਖਾਦਾ ਇੱਕ ਬੰਦੇ ਦਾ 200 ਹੋਰ ਕਿੰਨਾ ਖਾਇਆ। 211 ਨੰਬਰ ਕਮਰਾ ਸਰ ਸਾਡੇ ਹੋਰ ਵੀ ਕਸਟਮਰ ਇੱਥੇ ਚੜੇ ਪਏ ਨੇ। ਚਲਾ ਜਾ 211 ਨੰਬਰ ਕਮਰਾ ਕੋਈ ਮਸਲਾ ਹੋਵੇ ਸਾਡੇ ਕੋਲ ਆ ਜਾਣਾ। ਭਾਈ ਆਪਨੇ ਵੀ ਪਤਾ ਹੈ ਟੈਲੀਫੋਨ ਨੰਬਰ ਦੱਸ ਦੇਣਾ। ਫਿਰ ਟੈਲੀਫੋਨ ਨੰਬਰ ਅੰਦਰ ਲਿਖਾ ਹੋ ਤੁਹਾਡੀ ਚਾਬੀ ਦੇ ਉੱਤੇ ਲਿਖਿਆ ਹੈ। ਉਹ ਚਾਬੀ ਸਾਨੂੰ ਕਿਹਨੇ ਦਿੱਤੀ ਇਹ ਆਪ ਆਏ। ਸਰ ਉਹ ਕਮਰੇ ਦੇ ਅੰਦਰ ਲੱਗੀ ਹੋਈ ਹੈ। ਕਾਰਡ ਵੀ ਸਾਥ ਹੈ। ਕਾਰਡ ਵੀ ਸਾਥ ਲੱਗੀ ਜਾਨੂੰ 211 ਨੰਬਰ ਕਮਰਾ ਉੱਤੇ ਬਾਏ ਓਏ ਓ ਯਾਨੀ ਜੀ ਤੈਨੂੰ ਕੋਈ ਨਹੀਂ ਉਹ ਬਹੁਤ ਹੀ ਇਧਰੋਂ ਵੀ ਲੈ ਰਹੇ ਆ। ਮੈਂ ਕਹਿੰਦਾ ਮਿਕਸ ਹੋ ਜੇ ਨਾ ਡੇਢ ਕੇ ਕਰ ਲਾਂ। ਚਲੋ ਜਿਹੜੀ ਤੁਹਾਨੂੰ ਅੱਗ ਲੱਗੀ ਸੀ ਨਾ ਚਲੋ ਲਓ ਜੀ ਮੈਂ ਗਿਆ ਜੀ ਅੱਜ ਆ ਮੇਰੇ ਨਾ ਘਰ ਐਲਾਨ ਕਰ ਦਿਓ ਕਿ ਸੁਬਹਾ ਬਾਅਦ ਨਮਾਜ਼ ਏਸ਼ਾ ਇਨਕੀ ਰਿਹਾਇਸ਼ਗਾਹ ਸੇ ਇਨਕੀ ਮਈਅਤ ਉਠਾਈ ਜਾਏਗੀ। ਅਭੀ ਅਭੀ ਆਪਕੀ ਸ਼ਾਦੀ ਹੋਈ ਕੈਸੀ ਬਾਤੇਂ ਕਰ ਰਹੇ ਹੋ ਜਾਏ ਆ ਨਾ ਸ਼ੁਕਰਾ ਨਾ ਸ਼ੁਕਰਾ ਨਹੀਂ ਬੀਬੀ ਮੈਂ ਕਦੋਂ ਤੂੰ ਤੇ ਮੇਰੀ ਜਾਨ ਆ ਜਾਨ ਆ ਚੱਲ ਚੱਲ ਜਾ ਰਹੇ ਅੰਦਰ ਓ ਜਵਾਨਾ ਹਾਂ ਵੇਲਾ ਹੀ ਆ ਤੂੰ ਨਹੀਂ ਤੇ ਮਸੀਤੋ ਫੱਟਾ ਕਹਿ ਦੇ ਫੱਟਾ ਵੀ ਗਿਆ ਤੇ ਆਪਣੇ ਲਈ ਨੱਕ ਜ਼ਰੂਰ ਰੱਖਣਾ ਲਈ ਜਗਾਇਆ ਆਪਣਾ ਵੇਲਾ ਹੀ ਆ ਨਹੀਂ ਮੈਂ ਤੁਹਾਡੇ ਨਾਲ ਚੱਲਾਂ ਆ ਜਾ ਅੱਬਾ ਇਕੱਲਾ ਹੀ ਆ ਲੱਖ ਲਾਣਤ ਤੈਨੂੰ ਕੌਣ ਬਗੈਰਤ ਕਸਟਮਰ ਇਹ ਮੇਰਾ ਕਜ਼ਨ ਥਾ ਨਹੀਂ ਬੋਲਦੇ ਮੈਂ ਇਨਕੋ ਬੁਲਾਤਾ ਨਹੀਂ ਹੂੰ ਇਹ ਮੇਰਾ ਕਜ਼ਨ ਥਾ ਸਲਿਕ ਸਾਹਿਬ ਵਾਲੇਕਮ ਅਸਲਾਮ ਜੀ ਹੋਟਲ ਜ਼ਾਇਕਾ ਇਹੋ ਹੀ ਹੈ ਜੀ ਇਹੀ ਹੈ ਅੱਛਾ 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 ਵੇ ਅੱਛੀ ਲੋਕੇਸ਼ਨ ਹੈ ਥੈਂਕ ਯੂ ਆਪਣਾ ਤੇ ਇਹ ਹੋਟਲ ਜ਼ਾਇਕਾ ਹੀ ਹੈ ਨਾ ਜੀ ਹੋਟਲ ਹੈ ਤੇ ਜ਼ਾਇਕਾ ਨਾਲ ਹੀ ਰੱਖਿਆ ਜੀ ਲਿਖਾਓ ਕੀ ਨਾਮ ਹੈ ਪੁੰਨੂ ਹੱਥ ਛੁੱਟ ਹਾਂਜੀ ਪੁੰਨੂ ਹੱਥ ਛੁੱਟ ਮੈਂ ਸਿਰਫ ਪੁੰਨੂ ਪਾ ਕੇ ਤੇ ਅੱਗੇ ਹੱਥ ਬਣਾ ਦਿੰਦਾ ਸਮਝ ਆ ਰਹੀ ਮੈਂ ਕੀ ਦੱਸਿਆ ਕਿ ਪੁੰਨੂ ਹੱਥ ਛੁੱਟ ਮੇਰਾ ਨਾਮ ਹੈ ਪੁੰਨੂ ਕਿਹੜਾ ਨਾਮ ਹੈ ਇਹ ਨਾਮ ਹੈ ਜੀ ਪੁੰਨੂ ਹੱਥ ਛੁੱਟ ਗਿਆ ਜੀ ਠੀਕ ਕੀ ਮਤਲਬ ਯਾਨੀ ਕਿ ਕਈ ਬੰਦੇ ਹੱਥ ਛੁੱਟਦੇ ਨੇ ਕਿ ਫੱਕ ਪਏ ਓ ਪੁੰਨੂ ਹੱਥ ਛੁੱਟ ਠੀਕ ਹੈ ਲਿਖੋ ਜੀ ਲਿਖ ਲਿਆ ਵਾਲਦ ਸਾਹਿਬ ਦਾ ਨਾਮ ਰਫੀਕ ਹੱਥ ਕੋਟ ਇਹ ਤੁਹਾਡੇ ਚੋਂ ਕਿਸੇ ਨੇ ਵੀ ਵਿਆਹ ਨਹੀਂ ਕਰਾਇਆ ਓਹੋ ਯਾਰ ਸਮਝ ਨਹੀਂ ਰਿਹਾ ਨਾ ਤੁਸੀਂ ਕਿਉਂ ਨਾ ਲਿਖੋ ਅੱਛਾ ਜੀ ਇਹ ਹੱਥ ਕੋਟ ਹਾਂਜੀ ਹਾਂਜੀ ਠੀਕ ਹੈ ਠੀਕ ਹੋ ਗਿਆ ਜਨਾਬ ਜੀ ਠੀਕ ਹੈ ਕਮਰਾ ਪਿੱਛੇ ਸਾਰੀਆਂ ਚੀਜ਼ਾਂ ਟੀਵੀ ਚੱਲ ਰਿਹਾ 217 ਨੰਬਰ ਕਮਰਾ ਸਰ ਕੇਬਲ ਆ ਰਹੀ ਜੀ ਸਰ ਚਲੋ ਮਿਹਰਬਾਨੀ ਬਗੈਰ ਏਸੀ ਤੋਂ 2500 ਰੁਪਇਆ ਕਰਾਇਆ ਉਹ ਏਸੀ ਹੋ ਗਈ ਕਰਨਾ ਠੰਡ ਬਹੁਤ 2500 ਸਿੰਗਲ ਬੈੱਡ ਹੈ ਤੁਸੀਂ ਇੱਜ ਕਰੋ ਨਾ ਜੀ ਹੀਟਰ ਵਾਲਾ ਆਪਕੋ ਰੂਮ ਚਾਹੀਏ ਤੁਹਾਨੂੰ ਉਹਦਾ 3000 ਸਰ ਤੁਸੀਂ ਐਡਵਾਂਸ ਰੱਖ ਲਓ ਨਾ ਜੀ ਬਾਕੀ ਆਈ ਚਲਾਈ ਰਹੇਗੀ ਮੈਂ ਤੁਹਾਨੂੰ ਕੋਲ ਲੈ ਲਾਂਗਾ ਜੀ ਠੀਕ ਹੈ ਸਰ ਕੁਝ ਖਾਣਾ ਪੀਣਾ ਤਾਂ ਦੱਸੋ ਕਮਰਾ ਬਦਲ ਦਿਓ ਭਾਜੀ ਕਿਉਂ ਜੀ ਅਸੀਂ ਵੀ ਇੱਥੇ ਰਹਿਣਾ ਦੋਵਾਂ ਨੇ ਕਿਉਂ ਜੀ ਨਾਲ ਲਾਰੀ ਏਡਾ ਕਿਉਂ ਕੌਣ ਕਹਿਣ ਡਿਆ ਪਹਿਲੇ ਮੈਂ ਚੜ੍ਹਨਾ ਹਲ ਮਹਿਮਾਨ ਨੇ ਅਜੀਬ ਸਭ ਕੀ ਸੋਚਣੀ ਵਿਚਾਰੇ ਆਪਣਾ ਮੇਰਾ ਕਮਰਾ ਵੀ ਬਦਲ ਦਿਓ ਭਾਜੀ ਨੇ ਭਾਜੀ ਕਿਉਂ ਨਾਲ ਕੋਈ ਬਲੀਅਰਡ ਕਲੱਬ ਹੈ ਕਿਉਂ ਜੀ ਕੌਣ ਕਹਿਣ ਡਿਆ ਪਹਿਲੇ ਕਾਲੀ ਨੂੰ ਪਾ ਕਾਲੀ ਨੂੰ ਪਾ ਕਾਲੀ ਨੂੰ ਪਾ ਅਸਲਾਮ ਅਲੈਕਮ ਵਾਲਸਾਮ ਮੈਂ ਤੁਹਾਨੂੰ ਕਿਤੇ ਵੇਖਿਆ ਮੈਨੂੰ ਵੀ ਲੱਗਦਾ ਮੈਂ ਤੁਹਾਨੂੰ ਕਿਤੇ ਵਿਖਾਇਆ ਅੱਛਾ 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 ਕੀ ਅੱਛਾ ਅੱਛਾ ਯਾਨੀ ਕਿ ਫੀਨਾ ਹੀ ਹਰ ਪਾਸੋਂ ਹੋਰ ਭਾਈ ਠੀਕ ਠਾਕ ਹੋ ਹਾਂ ਠੀਕ ਹੈ ਮੇਰੇ ਲਈ ਕੋਈ ਖਿਦਮਤ ਅੱਗੇ ਮਿਹਰਬਾਨੀ ਠੀਕ ਹੈ ਕਿੱਧਰ ਹੀ ਰਹਤੇ ਇਹੋ ਜਿਹਾ ਬਜ਼ੁਰਗ ਧੁੰਦ ਚ ਰੋਣ ਦਾ ਕੀ ਹੋਇਆ ਕੋਈ ਚਪੇੜਾ ਮਾਰ ਕੇ ਜਾ ਰਿਹਾ
ਆਪਣੀ ਬੁੱਢੀ ਨੂੰ ਕਹਿੰਦਾ ਮੁੜਦਾ ਘੁੱਟਰਿਆ ਕਰ, ਉਹਨੇ ਕਮੀਜ਼ ਲਾ ਕੇ ਮੋੜ ਤੇ ਰੱਖ ਲਈ। ਆ ਫਿਰ ਚਲੋ ਭੈਣ ਦੇ ਵਿਆਹ ਤੇ ਸ਼ੁਭਲੀ ਚ ਨਹੀਂ ਚੱਲੀ ਕਦਰ ਲਓ ਜੀ ਜੀ ਭੈਣ ਕਹਿੰਦੀ ਉਹ ਅਸਲਾ ਕਹਿੰਦਾ ਉਹ ਤੇਰੇ ਘਰ ਦੇ ਵਿਆਹ ਗਏ ਮੈਂ ਮੁਸਲਸ ਆਦਮੀ ਆ ਤੇ ਇਹਨੇ ਵੀ ਕਮਰਾ ਲਿਆ ਇਹ ਪਹਿਲੇ ਫੈਸਲਾ ਬਾਤ ਦਾ ਪਿੱਛੋਂ ਅੱਛਾ ਜੀ ਪਹਿਲੇ ਨਹੀਂ ਲਾਹੌਰ ਆਇਆ ਤੇ ਮੈਨੂੰ ਮਿਲਣ ਆਇਆ ਅੱਛਾ ਮੈਂ ਨਾਲ ਲੈ ਗਿਆ ਸੋਜ਼ੋ ਵਾਟਰ ਪਾਰਕ ਅੱਛਾ ਉੱਥੇ ਬੜੀ ਲੰਮੀ ਜੀ ਕੀਸੀ ਬਣੀ ਹੈ ਮੈਂ ਕੀਸੀ ਤੇ ਪਾਇਆ ਤੇ ਸਫ਼ਰ ਦੀ ਦੁਆ ਪੜਨ ਲੱਗ ਪਿਆ ਉਹ ਜਾ ਚੱਲ ਜਾ ਕਹੇ ਭੱਬੂ ਕੁੱਤੇ ਵਰਗੇ ਲਾ ਹਾਂਜੀ ਓਕੇ ਮੈਂ ਅੰਦਰ ਹੀ ਆ ਕੱਲ ਤੇ ਰਹਿ ਰਹੇ ਨੇ ਸ਼ਾਦੀ ਸ਼ੁਦਾ ਕੋਈ ਗੱਲ ਨਹੀਂ ਸਰ ਥੈਂਕ ਯੂ ਐਡਵਾਂਸ ਆ ਗਿਆ ਸਰ ਜੀ 9000 ਰੁਪਏ ਬਸ ਖਿਆਲ ਰੱਖਣਾ ਜੀ ਤੁਹਾਡਾ ਖਿਆਲ ਰੱਖਣਾ ਕੋਈ ਪ੍ਰੋਬਲਮ ਹੋ ਆਪਨੇ ਹਮੇ ਬਤਾਨਾ ਹੈ ਜੀ ਹਾਂ ਯਾਰ ਸਰ ਯਾਦ ਹੈ ਸਾਬੜ ਹੈ ਜੀ ਸਾਬੜ ਹੈ ਜੀ ਸਾਬੜ ਦੇ 221 ਨੰਬਰ ਕਮਰਾ ਜੀ ਸਾਬੜ ਦੇ ਹੈਲੋ ਸਾਬਣ ਇਹ ਕੋਈ ਰੇਤ ਰੂਤ ਤੇ ਨਹੀਂ ਲੱਗੀ ਇਹਨੂੰ ਨੋ ਸਰ ਤੁਹਾਨੂੰ ਕਿਵੇਂ ਪਤਾ ਨਹੀਂ ਜਾਨੂੰ ਘਰ ਫੋਨ ਕਰਦੇ ਅੱਜ ਬੱਦਲ ਆ ਰਹੇ ਆ ਤੇ ਘਰੇ ਅਸੀਂ ਆਉਣਾ ਕਿ ਨਹੀਂ ਸਰ ਸ਼ਟ ਅਪ ਸ਼ਟ ਅਪ ਕੋਈ ਲਿਖੀ ਲੋਕ ਯੂ ਨੋ ਆਈ ਐਮ ਗੁੱਡ ਵਾਟ ਇਜ਼ ਯੂਰ ਪ੍ਰੋਬਲਮ ਲਓ ਜਨਾਬ ਐਸਾ ਮੰਨਣ ਮਹਾਨ ਲੱਗਾ ਤੁਹਾਨੂੰ ਹੈਲੋ ਭਾਈ ਸਰ ਹੈਲੋ ਹਾਈ आया तूफान सब कुछ बहा के ले गया क्या बात है कि आया तूफान सब कुछ बहा के ले गया आगे आगे पानी पानी मंजियां रुड़ियां जा रही हैं मंजियां रुड़ियां जा रही जानता हूं मैं इनको एक्चुअली मैं यहां टीम आ रही है हॉकी की ओ अच्छा बाहर से ओ जी ठीक है ठीक है जी उसके लिए कमरे चाहिए नो प्रॉब्लम है सर बल्कि मेरे सेक्रेटरी ने बुक नहीं करवाए कमरे जी 3 कमरे आपके हैं 23 नंबर 25 नंबर 31 नंबर हूं कौन है उना कमरे 3 खाली ने सर खाली हां जी अस नहीं रहना खाली कमरे डर लगता है सर मेरी बात सुने नहीं नहीं आप रह सकती हैं नहीं नहीं वो बुक करवा दिए थे ना इसलिए खाली है साफ सफाई करके इनको लॉक कर दिए है अच्छा इतनी अच्छी आवाज है आपकी जी और कहाँ खजल हो रही है सर मैं रिसेप्शन पे हूँ मेरा काम है मेरा मतलब आपको तो एंकर होना चाहिए खबरें पढ़ने वाली होनी चाहिए जनरली कौन है ये बहुत अच्छे हैं सड़क पे कुत्ता मरे है तो कोल नक पड़ के खलोता है कुत्ता उठ के इनू कहना तेरी बो ना तो मैं मरे है वो बात मत करना मुझे जुगत क्यों जी बस मैं सोसाइटी में मूव कर गया हूँ मैं जुगत मुझे मत करना अच्छा जी पुठी जुती पा के तो कहना मैंने चक्कर आ डे मैं कुछ और काम करने आया हूं जिधर मैं झुक के बहुत अच्छे हैं ये इनको कमरे दो 3 कमरे तीनों से चाबियां ने वो कैप उठा उसका पहली यारी पेंट पेंट कोट पाया तो नीमा होके जा रहा है वो मैं गौर ने देखा कोट का बटन पेंट नु लाया है जी सर 3 रूम आपके हैं मैंने सुना औरत बहादुरी पे मरती है जी हां जी बहुत बहादुर हूं मैं अच्छा जी शेर आ गया था मेरे सामने शेर अच्छा मैं जफो मार रहा मैं कोई शेर में हुंदा तू किथे दा कोई 3 साल के बाद मुझे मिला मेरा कजन था देखो हमारे में भी शेर होते हैं जी मैंने समझा वो टाइगर शेर सर आप अपना नाम लिखवाएंगे नाम लिखे जी सर अमानत अली अमानत अली हां कोई बाजे वाले नहीं कोच अमानत चंद कोच अमानत चंद कोच आप म्यूजिक को लाइक करते हैं यस आई लव म्यूजिक तेरे नाल प्यार हो गया सोनी है तेरे नाल प्यार हो गया
मैं गया वा है नी अपना मैकडोनल्ड वाले अजी जी उना सामने मैं गाना गाया बाहर निकल के उन्हें मैंने 30,000 रुपया था क्यों जी कहते कोई छोटा मोटा कारोबार कर ला गाना तेरे वास्ते काम नहीं उनको कदर ही नहीं आपकी आवाज की कितनी अच्छी आपकी आवाज है सर आप गुनगुना लेते हैं दुनिया की दुनिया को कदर नहीं है जी सर कदर नहीं है तो आप यहाँ क्या करते हैं सर मैं भी इधर मैनेजर हूँ देखो अभी वो उस कमरे में सफाई सफाई हो गई सर सर कमरे बिल्कुल क्लीन अप हो गए बिल्कुल रेडी है सर कोई उधर है तो नहीं नहीं सिर्फ टावल नहीं रखे सर टावल जी पाजी फाइन आ गए ने अजी आ गए ने आ जाओ कूड़ा इकट्ठा कीता सर क्या हो गया इन्हू कहते ना गल च हार बगल च कूड़ा कोई मिसाल किधर गया भाई सर ये शादी हो रही दूल्हा है अच्छा 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 मियां बीवी ने शादी हुई है ना नहीं हाँ। इसलिए ऐसा कह मेरी शादी बड़ी मुश्किल हुई अच्छा जी बस एक दफा रिश्ते की बात तय बिल्कुल तय हो ही चली अच्छा उतो ही बत्ती आ गई मैं देखा मुंडा बढ़िया उत्ते डांगा चल गई इटा चल गई अच्छा हाँ तो आप गई हैं बाहर जी जी मैं बाहर गई हूँ कहाँ खजल हो रही है मेरे से बात करें मैं आपको बाहर ले जाऊंगा बाहर कितने जी कहाँ लेके जाएंगे मुझे किसी भी मुल्क मेरे अच्छा। पास तो वीजा है ना पूरी दुनिया का अच्छा जी मैं कोच हूँ ले जाए मुझे कहीं भी अच्छा अच्छा ठीक इन्हें ले जाओ बाहर इतने के छाड़ देना अमरीका में रहा हूँ मैं 8 साल अच्छा हाँ उत्थे अंग्रेजा के जनाजा देखे मोमबत्ती फड़ के तुर रहा था ओ मैं पहला गया नू हुआ है नू सारी फैमिली मेरी बाहर अच्छा है? सब ऑल टू वन अच्छा मेरे दादाजी दादाजी मेरे 5 साल से बाहर है अच्छा उत्थे रोटी दे दी थी उत्थे चाह बाहर क्या बात है आपको हाँ वैसे अनलकी हूँ क्यों अच्छा बस बेंच पे बैठ के मैं फोटो लवाई बेंच दी आ गई मेरी आई नहीं और कोई ऐसी प्रॉब्लम नहीं है अनलकी हूँ नहीं नहीं वो कैमरे की प्रॉब्लम होगी आपकी नहीं आप टेंशन ना लिया करें चले मुझे आप कमरे दिखाएं आप, मैं चेक करता हूँ अगर नंबर बताएं आप ये कमरा अच्छा अगर कमरे ना ठीक हुए जी सर तो मैं आप पे केस भी कर सकता हूँ सर केस क्यों कर रहे हो कमरे देखो तुसी कमरे बहुत अच्छे हैं अच्छा जी आप ये बाय 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 ये कमरा सर वो तो मेरा भी हेलो हेलो कर रही है नहीं मैं बाय कर रही हूं अच्छा बाय कर रही हूं ओके मुलाकात होगी ब्रेक के बाद मैं कमरा चेक करूं जरा ਤੁਸੀਂ ਫ੍ਰੀ ਹੋ ਰਹੇ ਤੈਨੂੰ ਕਿਉਂ ਦੰਦੀ ਵੱਢ ਲੈਂਦਾ ਹੈ ਦੰਦੀ ਵੱਢ ਲੈਂਦਾ ਕਿਉਂ ਵੱਢ ਲੈਂਦਾ ਦੋਸਤਾ ਜੀ ਭਾਜੀ ਸਾਬਣ ਦੇ ਜਦ ਤੱਕ ਮੈਂ ਠਹਿਰਿਆ ਨਾ ਜੀ ਆਪਣੀ ਸਰਵਿਸ ਨਾਲ ਟੈਡ ਰੱਖੋ ਸਿੱਧੀ ਬਦਲੀ ਜਿਹੜੀ ਦੁਕਾਨ ਦੀ ਕਾਲਾ ਜਿੱਤ ਬੋਲਿਆ अभी और भी करो क्योंकि हम आए अन्य वह एंजॉय कराने के लिए तो सर ऐसे ही खास सब लोग हैं तो उसी गांव वाले आ गए होटल दे घर मुंडा आया जी नहीं नहीं जनाब पता कर की जी सर असि कमरा लेने कराए थे कमरा चाहिए था सामने जी हां जी इथे असि रहना चाहने क्या हुआ है इनसे बचो कोई मिल जाए कमरा सन बस दिए ते दो दिन रहे मुझे आंदी तेरी बारी आंदी है आंदी आंदी फौरन आगे बढ़ जाएगा सानू ऐसा रूम चाहिए जी कैसा जी
कि जिसमें कोई जाति ना मारे। वो नहीं होता यानी ऊपर से जो चमचमैया ना वो ना हो, जाति नहीं होनी चाहिए। हाँ, जाति कमरा होना चाहिए। ठीक है, क्योंकि अब्बा जी जरा खोल के फिर दे रहे हैं। क्या? हाँ जी, क्योंकि मैं रात को कमरे देख जरा ना कमीज कमूज नहीं पाऊंगा। हाँ जी, मैं फिरता सरेआम। हाँ जी, ये कमीज नहीं पाते तो मैं शलवार नहीं पाऊंगा। तू शलवार इस वास्ते नहीं पाता भी तू मेरा पोता, तेन खतरा तो है कोई नहीं। तू आ उ पेंट ला के देख उसे बनता। अच्छा तू आ जा, तू आ जा। क्योंकि असं रियाज करना होंगे तो ना पवे। हाँ, आपको कोई टेंशन नहीं होगी, आप बिल्कुल टेंशन ना ले। हाँ, दो में हैं, कट्ठे हैं, वो टेंशन है। जी, किराया कुछ किराया तो लवाज मार। अब ये अब इधर आओ। नहीं, मैं इधर लिखना मैंने कमरा चाहिए ना। हाँ जी, आपने लिखा मरो, लिखो पढ़ो। जी हाँ जी, लिखो। नाम बताए, क्या लिखो? दो बंदे, दो बंदे, वन रूम, दो बंदे। नाम लिखो, जल्दी लिखो, जल्दी करो। आप लिख, आप लिख, आप इतने लिख, लिख जा आप लिख ना। लिखो आगे, इधर लिखो, इधर लिखो, लिख इतने लिख लिया। अब इधर आ गए काउंटर पे। सर नाम सलामत खान लिखो ना। सलामत खान तुसी जेने मर्जी कमरे जवाड़ दियो। सानू एडी ऑफर नहीं करनी, असि तेरी भैन दे कमरे जवाड़ जा ना बेटा। ए जी फॉर्मेलिटी पूरी सलामत करनी है, लिखो। सलामत खान, सलामत खान, बद करामत खान, जानू इन्होंने कमरा दे दी तो मैं बुला लें। ये कौन है? तू मैंने बता कौन है? तू तो अगू हट गए, हम सोच ले ऐसी कौन है। ये ढोलका है जी। हाँ जी, यही ढोलका। शादी हुई? हाँ जी। बच्चे? बच्ची बच्चा कौन नहीं है? होना भी नहीं। बच्चा अन्नी दे उ तू ढोलकी बननी है। तेरी शादी हुई? हाँ जी। बच्ची बच्चा? कोई नहीं, आ गए हैं। मायूसी गुनाह है, ऐसे ही कोई ना को आएगा। किराया किन्ना? किराया जी 2500 बगैर एसी डबल बेड। नहीं हूँ एसी की लोड़ नहीं, ठंड ही बड़ी है। जी 2500। हाँ 2500, ओके, नो प्रॉब्लम। नाम लिखो। सबाई पंजी नियामत अली, सलामत अली, सलाम बोल दिया। पैसे दे, अब पैसे दे। किन्ने पैसे? जी पैसे तुसी, पैसे तुसी और सोने हो सकते हो। किन्ना जी? इतने एक वाइपर लवा लो। टी 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 वैपर मैं लुआया, मैं भुल के लुआ बैठा रक्षे वाला। अच्छा, तू फड़ के हिलाना है। किन्ने पैसे जी? तो भाई तुम 5000 दे देना, 5000 दे दो। 5000 लवो। दो दिन का रेंट? हाँ जी, भी दे। बच्ची नहीं दो 2000 तेन दिता, मायूस ना करी। यार बोतल पानी चाह पानी, मायूस ना करी। कमरा केड़ा? कमरा हूं तो मैं आप भुल गया जी। ये आपका ना वो क्या कहते हैं, टिप्स, टिप्स, टिप्स। थैंक यू सो मच। कोई बात नहीं, कम करता रहेगा। हजार और ले, हजार और ले, ले ला, ले ला। कोई बात नहीं, वापस कर, मेरा तो हाथ लगा ही नहीं। अब इतनी दिया तू जिला है, फोर ला ले जाऊंगा। टू स्वीट। हां जी, कमरा क्या है? ए कमरा जी, अस्सलाम वालेकुम। नहीं नहीं, चुप के, चुप के, मजे ले जिंदगी दे।
पांच का मजा लेना उत्ते मेरे दस लग जाना अगर उत्ते तेरे दस लगा तो साढ़े को है नहीं सर तुम मेरी गल नहीं समझे हाँ जी साहब गल नहीं समझे मेरी हुई शादी शादी तेरी हुई जरा टैट कर ले कर ले करे कपड़े बदल रही अजकल तो सामने पता लग जाएगा कितने बदल रही है उची करना उची करना ओ पता कर तेरी बेगम ने कोई वीडियो ना यार सुना दे दियोड़े यार ये आदमी अब जी हल्का ही गाना चले प्लीज ओ जेड़ा तुसी अपने ब्याह ते नहीं किया सी केड़ा सुहाग रात है कन्नी कतरा रहा हूं ऐसे तो मैं उन्हें तलाक देती भी हर गल भरा नु दस दी क्या उन्होंने छड़ा दे अच्छा जी अच्छा सा कोई सॉन्ग मजेदार नी मैं खाबा विच वेखिया तेनू नी मैं खाबा विच वेखिया तेनू सेरा बन के मैं ले गया तेनू मैं जिंद तेरे नामे लाई नी मैं खाबा विच वेखिया तेनू जान मेरी रोग न लावी वेखी मैनू हुण छड न जावी जान मेरी रोग न लावी वेखी मैनू छड न जावी छड जावी ना तू नैने मिला के मैं जिंद तेरे ना मिला यार बा कमाल दा गाए बस अंदर टैट कर शक सादा सुना दे शक दा ए ना टहे को बजो मेनू ए ही दस दियो मैं किदे को बचना है अब्राहम अच्छा चल दे ना सानू दस आपको आपको रूम मिल जाएगा रूम दसो बे केड़ा ए किड्डे तेज ने आंदे आ पैसे फड़ोंगे ने ते गा के वापस ले लेंगे अच्छा जी रूम क्या है सर 231 नंबर कमरा इधर आ जाओ इधर नाल ऊपर कमरा सर अब्बा जी आ जाओ 231 नंबर जरा टैट कर इतना एक रूम दो यार ओके ओनु भी छड़ रहे बाकी उधर नु हो जा के ते तैनू ना कह दे कि टैट कर ला ये देखो ए जे बंदा बाथरूम बैठा हो अद्दा बाहर हुंदा हुन होटल च आ गए हैं हां पूरा अंदर होएगा ਜਾਨੂੰ ਬਸ ਇਸ ਕਮਰੇ ਵੱਲ ਨਹੀਂ ਜਾਣਾ ਹੈਲੋ ਜੀ ਸਰ ਯਾਰ ਕੀ ਹੋਟਲ ਬਣਾਇਆ ਸਰ ਹੁਕਮ ਕਰੋ ਅੰਦਰ ਕਮਰੇ 'ਚ ਸ਼ੀਸ਼ਾ ਨਹੀਂ ਸਹੀ ਲਗਾ ਕਿਉਂ ਉਹ ਮੂੰਹ ਤੋਂ ਕਿਵੇਂ ਗਿਆ ਫਿਰ ਕਾਲਾ ਇੰਜ ਮੈਂ ਕਿਹਾ ਫਿਰ ਕਾਲਾ ਜੀ ਸਰ ਕਪੜਾ ਜੀ ਸਾਬਣ ਨਹੀਂ ਜਲਦੀ ਕਰ ਯਾਰ ਜਲਦੀ ਕਰ ਮਿਹਰਬਾਨੀ ਇਹ ਹਾਲੇ ਭਾਜੀ ਨਹੀਂ ਕਰੇ ਕੀ ਧੋ ਰਿਹਾ ਹੈ ਅਸੀਂ ਤੇ ਚਾਦਰਾਂ ਧੋ ਕੇ ਦਿੱਤੀਆਂ ਨੇ ਲੋ ਜੀ ਕਮਰੇ ਚੜ ਗਏ ਨੇ ਇਹਨਾਂ ਯਾਰ ਜਿਹੜੀ ਕੁੜੀ ਬੈਠੀ ਹੈ ਕੌਣ ਹੈ ਉਹ ਮੇਰੀ ਭੈਣ ਹੈ ਅੱਛਾ ਹਾਂ ਉਹ ਫਿਰ ਗੰਦਾ ਗਾਣਾ ਕਰਨ ਲਈ ਆ ਜਾ ਕੌਣ ਹੈ ਉਹ ਮੇਰੀ ਸਿਸਟਰ ਹੈ ਹੋਰ ਸਭ ਠੀਕ ਠਾਕ ਹੈ ਅੱਛੀ ਜਾਣ ਕਿਹਨੂੰ ਦੇਣੀ ਜਾਣ ਅੱਲਾ ਨੂੰ ਆਪਣੀ ਬੁੱਢੀ ਮੈਨੂੰ ਦੇ ਦੇ ਮੈਂ ਇੱਧਰ ਸੁਟਣੀ ਆਪਣੀ ਬੁੱਢੀ ਨੂੰ ਕਹਿੰਦਾ ਚੱਲ ਨੂੰ ਤੂੰ ਕਦੀ ਮੇਰੇ ਤੋਂ ਇਲਾਵਾ ਕਿਸੇ ਨਾਲ ਸੁੱਤੀ ਹੈ ਕਹਿੰਦੀ ਨਹੀਂ ਜਾਨੂੰ ਤੇਰੇ ਨਾਲ ਹੀ ਸੌਣੀ ਹੈ ਬਾਕੀ ਕਦੋਂ ਸੌਣ ਦਿੰਦੇ ਨਹੀਂ ਇਹ ਕੌਣ ਨੇ ਮੈਂ ਕਿੱਥੇ ਆ ਗਿਆ ਹੈਲੋ ਇਹ
अच्छी है लड़की, कहना ही नहीं पे आप ही कर गई है इंजन जी। आपकी तारीफ जी, मैं फिल्म स्टार हूँ और मुझे यहाँ पे रूम चाहिए। तो तुसी फिल्मा जो आंदे हो? हाँ। ते पहले कराची नहीं आंदे सो? की बकवास कर रहे, कमरा बुक करवा के। अच्छा तो आप फिल्मों में काम करती है? आहो। एक कुछ सवाल फसे ने, तो फिल्मा बहुत देखी है ना जी। वाओ, कौन सी? ए बारिश वाला जेड़ा गाना होता है। हाँ। ए ते तन्नू भी मजा आता है या असी लैदा हो जाने? वो गाना होता है। अच्छा गाना होता है। हाँ। आपका नाम जी? आप फिल्म स्टार लिखे। फिल्म स्टार आगे लिखे लैला। हाँ जी लैला। इतने बड़े जालम बंदे ने, वो तो छड़ते ही कुछ नहीं। नाम लिखे, मेरा नाम है जी। नाम क्या है? लैला। क्या है, मेरी शक्ल क्यों देख रहे हो? की नाम लैला? की लैला? मैं किराया ही लेना है। मैं तुम्हें किराया दूंगी, मेरा नाम है, लिखो। ਦੂਰੋਂ ਪੁੱਛ ਕੀ ਗੱਲ ਹੈ? ਖੱਲਣ ਦਾ ਤੁਹਾਡੇ ਹੋਟਲ ਦਾ ਕਿਉਂ ਜੀ? ਹੋਇਆ ਕੀ ਭਾਜੀ? ਖੋਤੀ ਦੇ ਬੱਚੇ ਹੋ? ਹਾਂਜੀ। ਜਦੋਂ ਅਸੀਂ ਅੰਦਰ ਚਲੇ ਗਏ ਤੇ ਅਸਲ ਮਾਲ ਹੁਣ ਖੋਲ ਰਹੇ ਹੋ? ਨਹੀਂ ਸਰ, ਉਹ ਸਾਨੂੰ ਉਹ ਲੰਡੇ ਦੀ ਗੰਢ ਕਿਉਂ ਦਿਖਾਈ ਜਾਂਦੀ ਹੈ? ਫਿਲਮ ਤੁਹਾਡਾ ਬੇੜਾ ਗਰਕ ਹੋ ਜੇ ਜੀ। ਇਹ ਇਹ ਕੌਣ ਨੇ? ਮੌਸੀਕਾਰ, ਮੌਸੀਕਾਰ। ਓਹ ਆਪ ਸਿੰਗਰ ਹੈ? ਆਪ ਤਾਂ ਫਿਰ ਗਾਣੇ ਗਾਤੇ ਹੋਗੇ ਨਾ? ਆਪ ਤਾਂ ਬਹੁਤ ਗਾਣੇ ਆਤੇ ਹੋਗੇ ਨਾ? दो चावा तेज पत्ती दिया उथे पी क्या? सही बताई जी, कौन है? ए रेड़ा है, सिर्फ टायर कटे ने। ऐसा ना करें, किते जाना तो अगे बह छड्डा मैं। ये कौन है? तो बताई जी कौन है, सच बताई। ये बड़े अमीर तरीन है। अमीर है वाकई? जिमीदार, जमीने मालिक, मालिक दा करम, मालिक दा। बड़ी जमीने इनकी। कितनी जमीने, कहां है? इसकी बहुत जायदाद है। कहां है इसकी जायदाद? इधर बहुत रकबा है। रकबा? आपने रकबा देखा है? नहीं, बताएं कहां है। मैं इसका सारा रकबा देखा है। अच्छा, इधर इतना रकबा इधर है। हां, इतना ही इधर है। इधर की साइड पे बहुता खरे टीका लगवाया है ना, ते बीचों एक नहर निकलती है। ਠੀਕ ਹੈ। ਤੇ ਸੈਡਾਂ ਤੇ ਘਾਹ। ਇਨਕੇ ਰਕਬੇ ਵਿੱਚ? ਅੱਛਾ, ਔਰ ਨਹਿਰ ਥੋੜੀ ਜੀ ਟੱਪ ਕੇ ਨਾ ਜੀ। ਹਾਂਜੀ। ਅੱਗੇ ਜਾ ਕੇ ਆਉਂਦੀ ਇੱਕ ਪੱਕ ਡੰਡੀ, ਉਹ ਪੱਕ ਡੰਡੀ ਟੱਪ ਕੇ ਅੱਗੇ ਜਾਓ। ਅੱਛਾ, ਅੱਗੇ ਇੱਕ ਕਿੱਲਾ, ਉਹ ਮੈਂ ਇਹਨੂੰ ਦਿੱਤਾ ਆ। ਤੇ ਕਿੱਲੇ ਦੇ ਨਾਲ ਇਹਨੇ ਆਪਣੇ ਦੋ ਭਾਂਜੇ ਬਿਠਾਏ ਨੇ, ਔਰ ਇਹ ਕਿੱਲੇ ਦੇ ਲਾਲਚ ਨਾਲ ਮੇਰੇ ਭਾਂਜਿਆਂ ਨੂੰ ਉਹ ਚੁੰਮਦਾ। ਮੈਂ ਝੂਠ ਨਹੀਂ ਬੋਲਦਾ, ਐਡਾ ਐਡਾ ਮੂੰਹ ਸੀ ਮੇਰੇ ਭਾਂਜਿਆਂ ਦਾ, ਚੁੰਮ ਚੁੰਮ ਕੇ ਏਡੀ ਨਹੀਂ ਕਰਦੇ ਤੇ। ਆਓ ਨਾ, ਮੈਨੂੰ ਕੀ ਪਤਾ ਕੌਣ ਹੈ, छोटिया छोटिया फिल्मा भी बन दिया अजकल, बाणी छोटिया छोटिया रही है जी। अच्छा अच्छा, तेरी बात सुने। ਉਹ ਮੇਰਾ ਬੱਚਾ ਕਿੱਥੇ? ਬੱਚਾ ਮੇਰਾ? ਉਹ ਤੁਹਾਡਾ ਬੱਚਾ ਮੈਨੂੰ ਕੀ ਪਤਾ ਜੀ, ਕਿਹੜੇ ਕਮਰੇ 'ਚ ਹੋਏਗਾ ਸਰ? ਉਹ ਕਾਕਾ, ਮੈਂ ਬੁਲਾਵਾਂ? ਉਹ ਕਰਾਂਦਾ, ਤੂੰ ਬੁਲਾ। ਹਾਂਜੀ, ਬਾਹਰ ਆ, ਤੇਰੀ ਅੰਮੀ ਆਈ ਆ। ਅੰਮੀ? ਅੰਮੀ ਤੇ ਦੌੜ ਨਹੀਂ ਸੀ ਗਈ, ਉਹ ਸੈਫ ਗੇਮ 'ਚ ਦੌੜੀ ਸੀ। ਅੱਛਾ, ਇਹ ਆਪਕਾ ਬੇਟਾ ਹੈ? ਹਾਂ, ਮੇਰਾ ਪੁੱਤਰ। ਅਸਲਾਮ ਅਲੈਕੁਮ ਜੀ। ਜੀ ਤੁਸੀਂ, ਵਾਲੇਕੁਮ ਅਸਲਾਮ, ਤੁਸੀਂ ਇਹਨਾਂ ਦੇ ਪੁੱਤਰ ਹੋ? ਹਾਂ, ਇਹੀ ਦੱਸੇ ਨਾ। ਹੈਂ? ਹਾਂ ਪੁੱਤਰ ਆ। ਹਾਂ ਪੁੱਤਰ, ਆਪ ਕੌਣ ਹੈ? जी मैं फिल्म स्टार, मैं फिल्मों में काम करती हूँ। तो गर्म नहीं करते? ऐसे तो करा जी काम अपना। फिल्म स्टार? हाँ जी। तुम्हारी को फिल्म आई? हाँ, बहुत। नाम नाम खा देना, पानी नहीं जे आ रहा है। तू साडा काम बन जाते। हाँ, बस ये दो दिन उदा ही फिरते रहेंगे। साड़ी कोट है। आपकी कौन सी फिल्म आई है? जी मेरी बहुत ज्यादा फिल्में आई हैं, आपने कौन सी देखनी है? हाँ जी, मैं तो चार पांच दिन पहले ही देखी है, नहीं तो चार।
देखिए दोनों बाप बेटे मोटे मोटे हैं, आप क्या करते हैं? और की चाहिए तुम क्या मोटे मोटे? हाँ हाँ, आजकल तो मतलब लोग झूठ बोल देते हैं कि हम मोटे मोटे हैं, बाद में फिर क्लियर होता है। नहीं 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 नहीं, मैं नहीं मानती। तू नहीं मानती? नहीं। दस भाई ये मौसीकार है। अच्छा, ये फिर भी यहीं पर रहेंगी? हाँ, मैं यहीं पर रहूंगी। रूम ले रही है? आपका रूम कौन सा है? मेरा तुझे कमरा ना लगा। क्यों? साढ़े नाली टेप जाना। आओ एक सेट तुसी पे रहना। हाँ। नाल मैं पे रहूंगा। हाँ जी। ते अब्बा बारह चीजा चीजा ले आवांगा। पापा कितने अच्छे हो आप, कितने अच्छे। आओ तुसी मेरे नाल आओ। बाकी चले जाओ मेरे साथ। कोई बात नहीं, कोई टेंशन तो नहीं। मैं रोका नहीं। मैं क्या, मैं अपने भरा को पूछ लवा ना। कौन तेरा भरा? अच्छा भाई। हाँ। बहन जी चलो जा रही हूँ भाई। बना ए, मैं रोकता भी तो ले जानी थी उन्होंने। ये आपकी पापा ये आपकी सच्ची मुच्ची किन्नो है? एदी वजह ना मेरे पर क्या होना? यार बात सुने, इधर ना सामा साहब रहते हैं, वो कमरा उन्होंने बुक करवाया। वो सलामत वो सिंगर? हाँ, मुझे उनके साथ सेल्फी लेनी है। वो तो कत्ल हो गया है। वो आया स्टे लेके आया सेल्फी वास्ते। बढ़ाओ ले, मैं बढ़ाओ ना। तुसी कौन हो? सलामत ली। जो ए चीजों कट ली तो मुंह च क्यों पाई? जी आपने तस्वीर बनवानी है? हाँ, मैं बड़ी इनकी फैन हूँ। आप वाकई में इस्लाम में नहीं? मैं बनाता हूँ। सलामत नहीं, मेरी इनकी पिक बनाए। इतने इतने तो बना। हाँ, बना भाई। ए स्माइल प्लीज। देखो ये देखो, तू बना रहा है, देखो स्माइल प्लीज। अपना टैप उल्लो। अब भाई तो क्या करें? सलाम अलैकुम। आप मानित अली हैं? हाँ जी, जी हाँ। मैं सलामत अली की वाइफ का बेटा। हाँ जी, मेरा नहीं, मेरी वाइफ का। हाँ जी, हाँ जी, मैं ना आप लोगों की बहुत बड़ी फैन हूँ। अच्छा जी। हाँ, मैं आपके साथ एक सेल्फी उतरवाना चाहती हूँ, जितने पैसे चाहिए आप ले। पापा आपने उतरवानी है? मैं खींचता तस्वीर। अच्छा, नहीं तो सेल्फी नहीं होगी कहीं जाने कि जाने पहुँच कोई थे लम्बे पा के एक पास तू एक पास मैं फिर खींचांगे। जी बनाए एक मिनट अंदर ही चलो उठी बना देना। अब्बा की कर दिया? अब तस्वीर थले कुछ लिखना है तू? हाँ लिखांगा। की लिखेगा? कुत्ता अपनी बेगम के साथ। हाँ हाँ नजर आ रहा है। हजार में गंदी लात रहा मजा ले स्वाद। बड़ी खुशी है तुमने मिलके जनाब। मुझे बड़ी खुशी हुई है, मैं आप लोगों की ना बड़ी बड़ी फैन हूँ। मैं तो आप लोगों को मिलने के लिए इतना तरस रही थी कि आपकी सोच हो दी। पापा रामतली रामतली गंदिया फोटो बाकी कर रहे थे पूरी दिया ने। लालच तेरी जिंदगी ते फीनी है कुत्ती है। छुट्टी होगी, मैं जा रहे हैं। हाँ।
कुछ भी नहीं होता मेरी जिम्मेदारी कुछ भी नहीं होना नहीं जी कभी टीका लवाया हाँ हाँ इन्नी तकलीफ मैं कसमां मैं तेन सही कह रहा जरा पूरा भी कोई तकलीफ नहीं बस हल्का जहा जरा ना एवं आबा आओ अरे 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 कौन है कमरे अरे अरे भाजी कमरे तो सारे चढ़ गए हेलो हेलो सर 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 बाहर केड़े गाने तुसी सुन रहे हो सर होया की अंदर कमरे जो लगा मेरी तौबा वो भाई की कर बैठे थे हैं जी तौबा 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 ये साहब कौन है ये इन्होंने कमरा लिया हुआ है सर ये टीम के मैनेजर हैं अच्छा ये हमारे साहब हैं होटल के मालिक आप उर्दू बोल रहे हैं क्यों हालां अपने तेरे जिस्म के सामने तो पता नहीं केड़ी बोलनी चाहिए क्या मतलब नहीं कुछ नहीं मैं तो वैसे बात कर रहा हूं कि कितने कमरे लिए इन्होंने इन्होंने सर चार कमरे लिए चार कमरे 17 नंबर अकेले बंदे ने जा क्यों बस चौंच पोचा फेर के निकल जाऊंगा सर मजाक कर रहे हैं इनकी टीम है हॉकी टीम अच्छा हॉकी टीम है ठीक है ठीक है हॉकी टीम ठीक है कोई तकलीफ कोई आपको पता है कि दुनिया का कौन सा खेल है जिसमें लेफ्टी खिलाड़ी नहीं चलता अच्छा नहीं कौन वो हॉकी है हॉकी है अच्छा हॉकी में लेफ्टी नहीं होता सब राइटी होते हैं ओके यू अंडरस्टैंड यस मैं इंग्लिश बोल रहा हूं अच्छा आप ना एक्चुअली हां जी पाजी की एक कमरा बदलना चाह रहे हैं क्यों जी और नाल कौन खीर और डंडे है क्यों जी हर बंदा कह डंडे मैं दो बारी लेनी है सर इन्हें तो की करना है माशाल्लाह फरिश्ता भी इधर आया क्या हाल है क्या हाल है जोगर ਉਹ ਛੋਟਾ ਸਕੂਟਰ ਲਾਉ ਨਾ ਚਾਬੀ ਵਾਲਾ ਹਾਂ ਉੱਤੇ ਇਹਦੇ ਡਰਾਈਵਰ ਬੈਠਾ ਹੁੰਦਾ ਆਪਣਾ ਤਾਰਿਕ ਕਰਾਇਆ ਕਹਾਂ ਸੇ ਆਏ ਮੈਂ ਆਇਆ ਹਾਂ ਸਾਊਥ ਅਫਰੀਕਾ ਸੇ ਬੰਦਾ ਨਹੀਂ ਯੂਨਾਬਾਦ ਕਿਆ ਕਰ ਯੂਨਾਬਾਦ ਉਹ ਤਾਂ ਲਾਗੇ ਪੈਂਦਾ ਇਹੋ ਜਿਹੇ ਬੰਦੇ ਆ ਵੀ ਕਿਸੇ ਦੀ ਗੱਲ 'ਚ ਬੋਲਦੇ ਅੱਛਾ ਉਹ ਚਾਹ ਦੁਕਾਨ ਤੇ ਗਾਣਾ ਲੱਗਾ ਇਹ ਸਿਲਾ ਮਿਲਾ ਹੈ ਮੁਝਕੋ ਤੇਰੀ ਦੋਸਤੀ ਕੇ ਪੀਛੇ ਹੈ ਉਹ ਮਹਿਲ ਬਣਾ ਰਹੇ ਹੈ ਮੇਰੀ ਝੌਂਪੜੀ ਕੇ ਪੀਛੇ ਹੈ ਇਹ ਕਹਿੰਦਾ ਐ ਵੀ ਰੋਈ ਜਾਂਦਾ ਰੋਣਾ ਕਿਉਂ ਚਾਹੀਦਾ ਜਿਹਦਾ ਫਰੈਂਡ ਮਾਰਿਆ ਗਿਆ ਮੈਂ ਤੇਰੇ ਮੂੰਹ ਤੇ ਲਾਣਤ ਭੇਜਾਂ ਲੇਕਿਨ ਜਗ੍ਹਾ ਨਹੀਂ ਬਸੀ ਥੋੜੀ ਬੋਈ ਵਾਜੀ ਹੋਏ ਤਾਂ ਸੁਣਦੇ ਆ ਤੁਸੀਂ ਵਾਲਿਕ ਸਾਹਿਬ ਤੁਸੀਂ ਹਾਰ ਕੋ ਪਾਇਆ ਸਾਈਕਲ ਤੋਂ ਉਤਰੇ ਹੋ ਨਹੀਂ ਤੁਹਾਡੇ ਘਰੋਂ ਆਇਆ ਕਮਰਾ ਲਿਆ ਸਰ ਸਾਈਕਲ ਨੇ ਹਾਰ ਪਾਇਆ ਮਹਿਮਾਨ ਅਸੀਂ ਆਪਕਾ ਹੋਟਲ ਕਿੰਨੀ ਦੇਰ ਸੇ ਹੈ ਯਹਾਂ ਹੋਟਲ ਇਹ ਤਕਰੀਬਨ ਕੋ 20 ਸਾਲ ਸੇ ਹੋ ਵੈਰੀ ਗੁੱਡ ਕਾਫੀ ਐਕਸਪੀਰੀਅੰਸ ਹੋ ਗਿਆ ਹੋਗਾ ਜੀ ਜੀ ਬਿਲਕੁਲ ਐਸਾ ਹੀ ਐਡਾ ਸਮਨਾਬਾਦ ਦਾ ਗੋਲ ਚੱਕਰ ਹੈ ਜੀ ਜੀ ਇਹ ਕੀ ਚੱਕਰ ਹੈ ਇਹ ਜਵਾਨ ਵਾਲਿਆਂ ਨੂੰ ਨਹੀਂ ਪਤਾ ਲੱਗਾ ਅਜੇ ਤੱਕ ਕੀ ਚੱਕਰ ਹੈ बेगम तेरी है घर मैं गया दरवाजा खड़काया घर कोई है बेगम कहती कोई नहीं आ जाओ आ जाओ ਭਾਜੀ ਇੱਕ ਮਿੰਟ ਮੇਰੀ ਗੱਲ ਤੇ ਸੁਣੋ ਭਾਜੀ ਕੀ ਮਸਲਾ ਤੁਹਾਡਾ ਤੁਸੀਂ ਇੰਨਾ ਸਾਬਣ ਮੇਰੇ ਕੋਲ ਲਈ ਜਾ ਰਹੇ ਹੋ ਕੀ ਕਰ ਰਹੇ ਹੋ ਮੈਨੂੰ ਬਹੁਤ ਸਾਰਾ ਸਾਬਣ ਚਾਹੀਦਾ ਓ ਸਰ ਤੁਸੀਂ ਕਿਉਂ ਲੈ ਕੇ ਜਾ ਰਹੇ ਹੋ ਸਾਬਣ ਮੈਂ ਚਾਹਨਾ ਕਿ ਪੂਰੀ ਦੁਨੀਆ ਦਾ ਸਾਬਣ ਮੇਰੇ ਕੋਲ ਹੋਵੇ ਓਏ ਤੁਸੀਂ ਕੀ ਕਰਨਾ ਸਾਬਣ ਮੈਂ ਸਾਬਣ ਨਾਲ ਆਪਣੇ ਪਿਆਰੇ ਵਤਨ ਤੇ ਲੱਗੇ ਹੋਏ ਦਾਗ ਪਰਚਮ ਤੇ ਲੱਗੇ ਹੋਏ ਦਾਗ ਤੋੜੇ ਨੇ ਰਿਸ਼ਵਤ ਦੇ ਦਾਗ ਬਦਿਆੰਤੀ ਦੇ ਦਾਗ ਮੈਂ ਚਾਹਨਾ ਕਿ ਮੇਰਾ ਪਰਚਮ ਪੂਰੀ ਕਾਇਨਾਤ ਤੇ ਸੁੱਚਾ ਪਾਕ ਪਰਚਮ ਨਜ਼ਰ ਆਵੇ ਮੇਰੇ ਵਤਨ ਦਾ ਪਰਚਮ ਹਮੇਸ਼ਾ ਉੱਚਾ ਰਹੇ ਮੈਂ ਤੋੜਾ ਚਾਹੁੰਦਾ ਆਪਣੇ ਵਤਨ ਦੇ ਪਰਚਮ ਸਰ ਅਸੀਂ ਤੁਹਾਨੂੰ ਗਲਤੀ ਸਮਝਦੇ ਰਹੇ ਸਾਨੂੰ ਮਾਫ਼ ਕਰ ਦੇਣਾ ਸਰ ਚੱਲ ਮਾਫ਼ ਕਰ ਦਿੱਤਾ ਸਾਬਣ ਮੈਨੂੰ ਦੇ ਦੇ ਭੂਆ ਜੀ ਹਾਂਜੀ ਸਿੱਧੀਆਂ ਸਿੱਧੀਆਂ ਦਾ
ਝੂਠੇ ਇਤਲਾ ਤੇ ਧਾਰ ਲਈਆ ਤੇਰੇ ਨਾਲ ਪਿਆਰ ਹੋ ਗਿਆ ਸਾਜੀ ਗਾਣਾ ਸੁਣਾਓ ਸੁਣਾਓ ਉੱਚੀ ਬਾਤ ਸਾਜੀ ਆ ਤੁਸੀਂ ਵੀ ਸੁਣਾਓ ਗਲਤ ਸੁਣਾਉਂਦਾ ਬੇਈਮਾਨਾ ਮੇਰੀ ਜ਼ਿੰਦਗੀ ਵਿਗੜਿਆ ਧਾਗਾ ਹੈ ਇੱਕ ਉਤਣ ਦਾ ਬੁਣਦਾ ਕੋਈ ਨਹੀਂ ਵਾਹ ਮੇਰੇ ਟੋਟੇ ਕਰਕੇ ਸੱਟ ਦੇ ਇੱਕ ਗਿਣਦਾ ਚੁਣਦਾ ਕੋਈ ਨਹੀਂ ਉਹ ਮੀਆਂ ਹਰ ਕੋਈ ਚੁਣਦਾ ਹੈ ਗਲੀਆਂ ਠੱਠੇ ਫੁੱਲ ਕੋ ਚੁਣਦਾ ਕੋਈ ਨਹੀਂ ਇੱਥੇ ਬਸ ਕਰ ਸ਼ਾਕਰ ਰੋਮਣ ਦੀ ਤੇਰੀ ਧਾੜ ਕੋ ਸੁਣਦਾ ਕੋਈ